ਔਰ ਸੈਂਟਰ ਤੇ ਕਹਿੰਦੇ ਪਿੰਦਰ ਖੇਡਦਾ ਘੋਗਾ ਕਹਿੰਦੇ ਨੇੜੇ ਰਹਿਣ ਵਾਲੇ ਆ ਤੇ ਨਾਲ ਕਹਿੰਦੇ ਮਣੀ ਦਾ ਮਾਸੀਆਂ ਬੇਟ ਪਿੰਡਾ ਉਹ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਪਹਿਲਾ ਸੈਮੀ ਮੇਰੇ ਪਹਿਲਾ ਸੈਮੀ ਸੈਮੀ ਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਮੈਚ ਸੈਮੀ ਦੇਖ ਲਓ ਸ਼ੁਰੂ ਹੋਣ ਲੱਗਿਆ ਤੇ ਲੰਜਰਵਾਲ ਦਾ ਫੈਸਲਾ ਹੁਣ ਦੇਖੋ ਮਾਰੀ ਹੋਈ ਹੈ ਫੈਸਲਾ ਵੇਖੋ ਰੈਫਰੀ ਨੇ ਤੇ ਦਰਸ਼ਕ ਲੱਗੇ ਨੇ ਤਾੜੀਆਂ ਲਾਉਣ ਦੇਖੋ ਉਹ ਦੋਵੇਂ ਟੀਮਾਂ ਹੀ ਲਾਉਣਗੀਆਂ ਜ਼ੋਰ ਪੂਰਾ ਤੇ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਵੇਖੋ ਇੱਕ ਪਾਸੇ ਖੁੱਗੀ ਆ ਥਾਂ ਦੇ ਵਿੱਚ ਔਰ ਨਾਲ ਮੈਂ ਤੱਕ ਰਿਹਾ ਵੀ ਪਿੰਦਰਾ ਉਹ ਕਹਿੰਦੇ ਖੇਡਦੇ ਮੈਦਾਨ ਚ ਗਲਤੀ ਵੱਡੀ ਕਰ ਗਿਆ ਤੇ ਨਾਲ ਕਹਿੰਦੇ ਕਾਲਾ ਖੇਡਦਾ ਖੰਜਰ ਵਾਲੀ ਆ ਬੜਾ ਕਹਿੰਦੇ ਵੱਡਾ ਮਾਲਾ ਹੈ ਔਰ ਪਰ ਬਾਲ ਆਊਟ ਤੇ ਸਫਲਤਾ ਜਿਹੜੀ ਮੇਰੇ ਮਿੱਤਰੋਂ ਪੰਜਾਬੀ ਦੀ ਟੀਮ ਦੇ ਖਾਤੇ ਵਿੱਚ ਜਾ ਕੇ ਉੱਗੀ ਹੈ ਵੀ ਪੰਜਾਬ ਹਰਿਆਣੇ ਦਾ ਮੈਚ ਮਿੱਤਰੋ ਉਹ ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਟੀਮਾਂ ਦੋਨੋਂ ਚੰਗੀਆਂ ਮੰਨੋ ਟੀਮਾਂ ਟੌਪ ਦੀਆਂ 10 ਨੰਬਰ ਹੋ ਗਏ ਆ ਭੱਟੀਆਂ ਵਾਲੇ ਮੁੰਡਿਆਂ ਦੇ 10 ਤੇ 16 ਦੀ ਟੱਕਰਾ ਹੈ ਮੁੰਡੇ ਕਹਿੰਦੇ ਵੀ ਟਾਈਮ ਆਊਟ ਹੈ ਮੈਚ ਉਧਰ ਵੀ ਕਹਿੰਦੇ ਬਹੁਤ ਤਕੜਾ ਹੈ ਇੱਕ ਪਾਸੇ ਖੰਜਰਾਲ ਤੇ ਦੂਜੇ ਪਾਸੇ ਭੰਡਿਆਰੀ ਵਾਲੇ ਮੁੰਡੇ ਖੇਡ ਰਹੇ ਹੈ ਮੈਚ ਕਹਿੰਦੇ ਉਧਰ ਵੀ ਬੜਾ ਤਕੜਾ ਖੇਡਿਆ ਜਾ ਰਿਹਾ ਹੈ ਇਹ ਤੋਂ ਬਾਅਦ ਮੈਚ ਖੇਡਿਆ ਜਾਣਾ ਜੱਸੂ ਦਾ ਨੱਥੂ ਵਾਲਾ ਗਰਬੀ ਦੀ ਟੀਮ ਦਾ ਜਿੱਤਣ ਵਾਲੀ ਟੀਮ ਗਰਾਊਂਡ ਚ ਰਹੇ ਤੇ ਨੱਥੂ ਵਾਲਾ ਗਰਬੀ ਦੇ ਖਿਡਾਰੀ ਗਰਾਊਂਡ ਦੇ ਨੇੜੇ ਆ ਜਾਣਗੇ ਭੱਟੀਆਂ ਵਾਲੇ ਕੋਮਲ ਨੇ ਫਿਰ ਸਰਵੇ ਕਰ ਦਿੱਤੀ ਹੈ ਬੜੇ ਸੋਹਣੇ ਮੁਕਾਬਲੇ ਅੱਜ ਆਪਾਂ ਤੱਕ ਰਹੇ ਹੈ 9:14 ਮਿੰਟ ਦਾ ਸਮਾਂ ਘੜੀ ਤੇ ਹੋ ਗਿਆ ਹੈ ਹਲੇ 2-3 ਮੈਚ ਹੋਰ ਬਾਕੀ ਹੈ 9:14 ਮਿੰਟ ਦਾ ਸਮਾਂ ਹੋ ਗਿਆ ਹੈ ਲਗਭਗ 12 ਦੇ ਨੇੜੇ ਗੱਲ ਮੁੱਕਣੀ ਹੈ ਹੋਰ ਲਗਭਗ ਕਹਿੰਦੇ 12 ਦੇ ਨੇੜੇ ਗੱਲ ਮੁੱਕ ਜਾਣੀ ਹੈ ਸੋਹਣਾ ਮੁਕਾਬਲਾ ਹੈ ਉਹ ਕੋਮਲ ਗਰੇ ਵਾਲਾ ਦਾ ਮੁੰਡਾ ਹੈ ਬੜੀ ਸੋਹਣੀ ਖੇਡ ਹੈ ਮੁੰਡੇ ਦੀ ਹਾਂ ਨਿੱਕਾ ਬਾਸੀਆਂ ਬੇਟ ਵਾਲਾ ਇੰਨਾ ਨਿੱਕਾ ਤੇ ਉਨਾ ਤਿੱਖਾ ਹੈ ਉਹ ਜਿੰਨਾ ਨਿੱਕਾ ਤੇ ਉਨਾ ਤਿੱਖਾ ਹੈ ਇੱਕ ਅੱਧਾ ਨੰਬਰ ਹੋਰ ਜੁੜ ਗਿਆ ਰੂਪ ਸਿਆਂ ਮੁੰਡੇ 11 ਵਾਲੀ ਲਾਈਨ ਚ ਆ ਗਏ ਖੱਜਲ ਬਹੁਤ ਕਰਨਗੇ ਲਓ ਸਾਹਮਣੇ ਖੱਜਲ ਦੇ ਕਰਨਗੇ ਪਰ ਉਧਰਲੇ ਪਾਸੇ ਕਹਿੰਦੇ ਫਰੋਸ਼ਾਂ ਵਾਲੇ ਲੱਭੇ ਨੇ ਨੰਬਰ ਦਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ ਵੀ ਲੱਭੇ ਦੀ ਤੇ ਗੱਲਬਾਤ ਹਿੰਦ ਮਿੱਤਰੋ ਉਹ ਭੈੜੀਆ ਮੁੰਡੇ ਦੀ ਕਹਿੰਦੇ ਹਿੰਦ ਮਿੱਤਰੋ ਤੇ ਕਰ ਦਿੱਤਾ ਅੱਧੇ ਹੋਏ ਬਾਲ ਮਾਰ ਕੇ ਪੂਰਾ ਰੱਖਦਾ ਗਰਾਊਂਡ ਦੇ ਕਿਤਾਬਾਂ ਚਾੜ ਕੇ ਤੇ ਸਪੀਡ ਨਾਲ ਬਾਲ ਜਦੋਂ ਮਾਰੇ ਕੱਟ ਕੇ ਉਹ ਮਾੜੀ ਵਾਲਿਆ ਗੁੱਟਾਂ ਤੋਂ ਲੈ ਗਏ ਬਾਸ ਪੱਟ ਗਏ ਮਾੜੀ ਵਾਲਿਆ ਗੁੱਟਾਂ ਤੋਂ ਲੈ ਗਏ ਬਾਸ ਪੱਟ ਗਏ ਲਓ ਸਾਹਮਣੇ ਕਦੇ ਕਮਾਲ ਹੋ ਗਈ ਹੈ ਇਧਰਲੇ ਪਾਸੇ ਸਰਵ ਚੀਜ਼ ਹੈ ਕਿਰਤ ਹੈਲੋ ਪੁਆਇੰਟ ਹੈਪੀ ਮਾਸਟਰ ਜੀ ਦੋ ਨਹੀਂ ਹੋਏ ਉੱਥੇ ਇੱਕ ਇੱਧਰ 0 ਹੈ ਜੀ ਖੰਡਰਾਲ ਦੀ ਉੱਧਰ 1 ਪੁਆਇੰਟ ਆਪਣੇ ਹਰੀ ਦਾ ਲਾ ਵਨ ਇੱਧਰ ਇੱਧਰ 0 ਇੱਧਰ 1 ਸਰਵਿਸ ਖੰਜਰਾਲ ਦੀ ਹੈ ਪਟਾਕੇ ਬੜੇ ਬਣੇ ਆ ਮੈਚ 'ਚ ਐਨ ਸਰਾ ਹੋਣਾ ਜਮਾਂ ਉੱਧਰ ਲੱਭਾ ਫਰੋਸ਼ਾ ਖੇਡਦਾ ਨਾਲ ਰਾਜਪਾਲ ਬਾਗੜੀ ਉਹਦੇ 'ਚ ਭਨਿਆਰੀ ਕੋਈ ਨਹੀਂ ਕਰਾਓ ਮੈਚ ਕੋਈ ਗੱਲ ਨਹੀਂ ਘੱਟਿਆਂ ਵਾਲੀ ਟੀਮ ਆ ਸੈਮੀ ਜਾ ਗੋਪੀ ਹੋਰੀ ਸੈਮੀ ਜਾ ਬਾਈ ਭਾਊਰੀ ਘੱਟਿਆਂ ਵਾਲੀ ਖੁਸ਼ੀ ਹੋਰੀ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਲਵ ਸਭ 5 ਗ੍ਰਾਂਡ ਸਾਡਾ ਬੰਦਾ ਭਰਾ ਦੀ ਚੋਜੇ ਤੌਰ ਤੇ ਪੁੱਜਿਆ
ਔਰ ਕਦੇ ਮਾਣ ਕਰਦੇ ਮੁੰਡੇ ਰਾਜਪਾਲ ਬਾਗੜੀ ਦੀ ਖੇਡ ਦੇ ਤਾਂ ਉਹ ਸਾਹਮਣੇ ਸੈਮੀਫਾਈਨਲ ਮੈਂ ਕਿਹਾ ਤੁਹਾਡੀ ਟੀਮ ਜਿੱਤਦੀ ਹੈ ਤੇ ਕਦੇ ਫਾਈਨਲ ਦੀ ਟਿਕਟ ਮਿਲ ਜਾਣੀ ਹੈ। ਬਾਸੀਆਂ ਪੇਟ ਪਿੰਡ ਦਾ ਕਦੇ ਬਣੀ ਕੋਸ਼ਿਸ਼ ਕਰ ਰਿਹਾ ਹੈ, ਲੱਗਦੀ ਜਵਾਬੀ ਚੰਗੀ ਹੱਸਦੀ ਤੇ ਖੇਡ ਰਹੀ ਹੈ। ਆਓ ਜੱਜਦਾ ਭਰਾਪਾ ਦੇ ਸਿਆਂ ਦੀ ਗੱਲ ਕਰੇਗਾ ਤੇ ਜਿੱਤਵਾਰੀ ਉਹਨੂੰ ਤਾਂ ਰੱਖੇ ਕਰੇਗਾ ਤੇ ਸੂਰਮੇ ਦੀ ਸੋਭਾ ਦੇ ਬਦਾਨੇ ਚੰਗ ਲਵੇਗਾ ਦੰਗ ਜਾਰੀ ਆ। ਆਓ ਜੰਮੇ ਪੜਿਆਰੀ ਵਾਲਾ ਕਦੇ ਫੇਰਨਾ ਫਿਰਦਾ, ਪੜਿਆਰੀ ਵਾਲੇ ਕਹਿੰਦੇ ਕੰਪਿਊਟਰ ਨੇ ਅੰਦਰ ਖੇਡ ਦਿੱਤਾ। ਪਤਾ ਰਾਮ ਚੰਦਰ ਰਾਮੇ ਸਰਪੰਚ ਨੂੰ ਮਾਰ ਆਪਣੇ ਪੁੱਤਰ ਦੀ ਖੇਡ ਤੇ ਵੀ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਤੇ ਖਾਵਿਆਂ ਚੋਟੀ ਦਾ ਪਲੇਅਰ ਬਣ ਕੇ ਯਾਰ ਬੇਲੀ ਕਰਦੇ ਤੇ ਗੁਣ ਬਿਨਾ ਕੋਈ ਦੇ ਪਲੇਅਰ ਬਣਦੇ ਹੋ ਜੋ ਸਾਰੇ ਖਾਨਦਾਨ ਦਾ ਉਹ ਪੁੱਤ ਜਿੰਨਾ ਨਾਮਾਂ ਦੇ ਪਲੇਅਰ ਬਣਦੇ ਬਈ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਦੱਸੀ ਕਿੰਨੇ ਕਿੰਨੇ ਪੁਆਇੰਟ ਆ ਬਾਈ? ਹਾਂਜੀ 10 ਤੋਂ 17 ਦੀ ਟੱਕਰ ਹੈ, 10 ਤੋਂ 16 ਦੀ ਟੱਕਰ ਹੈ। 10 ਨੰਬਰ ਬਾਈ ਦੀ ਲਾਸਟ 5-7 ਮਿੰਟ ਦਾ ਟਾਈਮ ਆ ਵੀਰ ਸਾਡੇ ਕਹਿੰਦੇ ਵੀਰੇ, ਉਸ ਤੋਂ ਬਾਅਦ ਅਸੀਂ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਵੀਰੇ ਇੱਥੋਂ ਵਧਾ ਦੇਣਾ ਜੀ। ਜੇਕਰ ਕੋਈ ਵੀਰ ਰਹਿੰਦਾ ਤੇ ਜ਼ਰੂਰ ਪ੍ਰਸ਼ਾਦਾ ਪਾਣੀ ਮੇਰਾ ਵੀਰ ਬਣ ਕੇ ਛਕ ਲਓ 5-7 ਮਿੰਟ। ਵੀਰ ਕਹਿੰਦੇ 10 ਮਿੰਟ ਆਪਾਂ ਗਈਏ ਤਾਂ ਵੇਟ ਕਰਾਂਗੇ, ਉਸ ਤੋਂ ਬਾਅਦ ਸਾਰਾ ਸਮਾਨ ਦੇ ਵਿੱਚੋਂ ਸਾਂਭ ਦਿੱਤਾ ਜਾਊਗਾ ਜੀ। ਬਹੁਤ ਸੋਹਣਾ ਮੈਚ ਉਧਰ ਕਹਿੰਦੇ ਨਰਿੰਦਰ ਪਾਲ ਖੋਸਾ ਵੀ ਆਇਆ ਹੋਇਆ ਕਾਲੀ ਵਾਲਾ ਨਾਲ, ਲਵ ਸੰਧੂ ਆਪ ਜੇ ਹੋਏ ਵੱਡਾ ਧੰਨਵਾਦ ਆਪਾਂ ਕਰਾਂਗੇ ਵੀਰਾਂ ਦਾ। ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, ਲਵ ਸੰਧੂ ਇੱਧਰ ਵੀ ਤੇਰੀ ਖੇਡ ਕਲੱਬ ਖੇਡ ਰਹੀ ਹੈ, ਮੁੰਡੇ ਬੜਾ ਤਕੜਾ ਖੇਡੀ ਆਉਂਦੇ ਹੈ। ਹੋ ਭੱਟੀਆਂ ਤਾਂ ਹਾਲੇ ਬਹੁਤ ਤਕੜਾ ਖੇਡੀ ਆਉਂਦੇ ਖੇਡੀ ਆਉਂਦੇ ਮੁੰਡੇ ਸੁਖਵਿੰਦਰ ਸਿੰਘ ਜੀ ਐਸ ਆਈ ਸਾਹਿਬ ਜੋਤੋ ਚੌਂਕੀ ਇੰਚਾਰਜ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਜਿੰਨੇ ਪਤਵੰਤੇ ਸੱਜਣ ਆਏ ਹੋਏ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਾਂਗਾ। ਸੁਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਏਐਸ ਆਈ ਸਾਹਿਬ ਚੌਂਕੀ ਇੰਚਾਰਜ, ਉਹ ਵੀ ਸਾਡੇ ਦਰਬਾਰ ਵਿਸ਼ੇ ਤੌਰ ਤੇ ਪਹੁੰਚ ਗਿਆ ਹੈ ਔਰ ਉਹਨਾਂ ਦਾ ਸਾਡੇ ਕਲੱਬ ਦੇ ਵੱਲੋਂ ਵਿਸ਼ੇ ਤੌਰ ਤੇ ਮਾਣ ਸਨਮਾਨ ਜਿਹੜਾ ਕੀਤਾ ਜਾਵੇਗਾ ਜੀ। ਆਓ ਜਲਦੀ ਦੇ ਨਾਲ ਇਹ ਮਾਣ ਸਨਮਾਨ ਵੀ ਆਪਾਂ ਜਿਹੜੇ ਕਰਨ ਦੇਵਾਂਗੇ, ਪਰ ਮੈਚ ਵੀ ਕਦੇ ਤਕੜਾ ਬਣ ਗਿਆ ਹੁਣ ਤੇ ਕਹਿੰਦੇ ਬਹੁਤ ਤਕੜਾ ਖੇਡਿਆ ਜਾ ਰਿਹਾ ਰਵੀ ਖੋਸਾ ਕਾਲੀ ਵਾਲਾ, ਉਹ ਵੀ ਆਇਆ ਹੋਇਆ ਕਹਿੰਦੇ ਬੜਾ ਪੁਰਾਣਾ ਸਾਥੀ ਹੈ ਸਾਡਾ ਰਵੀ ਖੋਸਾ ਵੀ ਵੱਜਿਆ ਹੈ। ਮੈਚ ਕਹਿੰਦੇ ਬੜਾ ਤਕੜਾ ਹੈ, ਇੱਕ ਨੰਬਰ ਦੀ ਖੇਡ ਬਾਕੀ ਹੈ। ਉਹ ਮੈਚ ਮੁੱਕ ਜੂ ਕਰਦਾ ਬਾਣੀਆ, ਮੈਚ ਮੁੱਕ ਜੂ ਕਰਦਾ, ਮੈਚ ਸਮਾਪਤ ਹੈ। ਜੇਤੇ ਟੀਮ ਨਹੀਂ ਖੇਡ ਮੈਦਾਨ ਦੇ ਵਿੱਚ ਫਿਰੋਜ਼ ਸਾਡੀ ਰੂਪ ਜੀ ਕਿੰਨਾ ਸਮਾਂ ਲੈਣਾ ਹੁਣ? ਬਹੁਤ ਸੋਹਣਾ ਮੈਚ ਖੇਡਿਆ ਗਿਆ, ਉਹ ਬੱਲੇ ਮੈਚ ਬੱਲੇ ਪਾਸੇ
ਧੰਨਵਾਦ ਉਧਰ ਰਾਜਪ੍ਰੀਤ ਤੇ ਨਾਲ ਮਨਪ੍ਰੀਤ ਹੈ ਜਰਮਨੀ ਵਾਲਾ ਨਾਲ ਕਹਿੰਦੇ ਅਮਣਾ ਸਾਡਾ ਸਰਪੰਚ ਕੋਕਰੀ ਵਿਟਰਾਲਾ ਦੀਪ ਜਵੰਦ ਹੈ ਤੇ ਭਰਾ ਕਹਿੰਦੇ ਵੀ ਅੱਜ ਖੰਜਰ ਵਾਲੀ ਜਿੱਤੇ ਭੰਡਿਆਰੀ ਤੋਂ 11,000 ਦੇ ਨਾਲ ਵੱਡੇ ਮਾਣ ਕਰਦਾਂਗੇ ਕੋਕਰੀ ਵਿਟਰਾਲਾ ਕਹਿੰਦੇ ਰਣਦੀਪ ਆਇਆ ਹੋਇਆ ਸਾਡਾ ਵੀਰ ਵੱਡੇ ਜਿਹੜੇ ਮਾਣ ਹੋਣਗੇ ਭੰਡਿਆਰੀ ਵੀਰੇ ਵਿਜੇ ਪਰਲੀ ਸਿਰ ਖੇਡੀ ਜਾਂਦੀ ਹੈ ਭੰਡਿਆਰੀ ਉਧਰ ਭੰਡਿਆਰੀ ਰਾਜਪ੍ਰੀਤ ਤੇ ਨਾਲ ਸਾਡਾ ਮਨਪ੍ਰੀਤ ਜਰਮਨੀ ਵਾਲੇ ਭਰਾ ਇਹ ਵੀ ਕਹਿੰਦੇ ਆਲੂ ਵੀ ਬਹੁਤ ਮਹਿੰਗੇ ਵਿਕੇ ਆ ਜਰਮਨੀ ਵਾਲਿਆਂ ਨੇ ਗੱਲਾਂ ਵੱਡੀਆਂ ਨਾਲ ਅਮਨ ਸਰਪੰਚ ਕੋਕਰੇ ਬਟਾਲਾ ਆ ਰਿਹਾ ਪੰਜਾਬ ਸਾਡਾ ਵੀਰ ਤੇ ਗੱਲਾਂ ਕਹਿੰਦੇ ਦੀਪ ਜਵੰਦੇ ਦੀਆਂ ਹੁੰਦੀਆਂ ਵੱਡੇ ਮਾਨ ਖੰਜਰਾਲ ਦੀ ਟੀਮ ਦੇ ਮੋਟਰਸਾਈਕਲਾਂ ਦੇ ਨਾਲ ਦੇ ਨਾਲ ਕੀਤੇ ਹੈ ਖੰਜਰਾਲ ਦੀ ਟੀਮ ਦੇ ਰਹਿੰਦੀ ਤੇ 11,000 ਦੇ ਨਾਲ ਮਾਨ ਕਰ ਦੇਗੇ ਰਣਦੀਪ ਆਇਆ ਕੋਕਰੇ ਬਟਾਲਾ ਇੰਦਰਜੀਤ ਵਰਗੇ ਯਾਦੂ ਵਰਗੇ ਧੋਨੀ ਵਰਗੇ ਜੱਸੇ ਵਰਗੇ ਸਾਰੇ ਤਗੜੇ ਪੁੱਟਰ ਵਰਗੇ ਪਿਆਰੇ ਵੀਰ ਹੈ ਕੋਕਰੇ ਬਟਾਲੇ ਹੋਏ ਢੰਡਾ ਅੱਗੇ ਨਾ ਲਾ ਆਪਣੀ ਟੀਮ ਦੇ ਲਈ ਦੋ ਨੰਬਰ ਹੈ ਜੀ ਭੰਡਿਆਰੀ ਦੀ ਟੀਮ ਦੇ ਇੱਕ ਨੰਬਰ ਹੈ ਖੰਜਰਾਲ ਦੀ ਟੀਮ ਦਾ ਦੋ ਤੋਂ ਇੱਕ ਦੀ ਟੱਕਰ ਹੈ ਦੋ ਤੋਂ ਇੱਕ ਕੋਸ਼ਿਸ਼ ਕਰ ਰਿਹਾ ਲਓ ਦੇਖਾਂਗੇ ਹੁਣ ਤੀਜਾ ਕੌਣ ਜੋੜੂਗਾ ਆਓ ਤੀਜਾ ਕੌਣ ਜੋੜਦਾ ਹੈ ਉਧਰ ਕਹਿੰਦੇ ਕੁੱਤਿਆਂ ਦੇ ਸਕੀਨ ਵੀ ਅੱਜ ਆਏ ਹੋਏ ਹੈ ਹੈਰੀ ਪੱਲ ਰੱਖਦੇ ਵਾਲੇ ਦੇ ਗਰੁੱਪ ਦਾ ਕਹਿੰਦੇ ਨਾ ਚੱਲਦਾ ਆਓ ਟੋਕਰੋਂ ਬਟਾਲੇ ਰਵੀ ਵਰਗਿਆਂ ਨੇ ਦੋ ਦਿਨਾਂ ਚ ਕਹਿੰਦੇ ਦੋ ਮੋਟਰਸਾਈਕਲ ਜਿੱਤ ਲਿਆ ਕੁੱਤਿਆਂ ਦੀਆਂ ਦੌੜਾਂ ਦੇ ਵਿੱਚ ਕਹਿੰਦੇ ਨਾਮ ਚੱਲਦਾ ਹੈ ਇੱਕ ਖੰਜਰ ਵਾਲੀ ਥੋੜੇ ਦਿਨਾਂ ਤੇ ਕਹਿੰਦੇ ਕਨੇਡਾ ਵਾ ਚੜ ਜਾਣਾ ਹੈ ਖੇਡੂ ਕੈਲਗਰੀ ਦੀ ਖੇਡ ਕਲੱਬ ਦੇ ਲਈ ਖੰਜਰ ਵਾਲੀਏ ਕਾਲੇ ਨੂੰ ਵੀ ਮੁਬਾਰਕਬਾਦ ਹੈ ਆਓ ਖੰਜਰ ਵਾਲੀਆ ਕਾਲਾ ਕਹਿੰਦੇ ਖੇਡੂ ਕੈਨੇਡਾ ਕੈਲਗਰੀ ਦੀ ਖੇਡ ਕਲੱਬ ਲਈ ਥੋੜੇ ਦਿਨਾਂ ਦੇ ਵਿੱਚ ਖੰਜਰ ਵਾਲੀਏ ਨੇ ਦਾਰੀ ਮਾਰ ਜਾਣੀ ਹੈ ਗੱਲਾਂ ਲੱਗਣਗੀਆਂ ਟਿਕਾਣੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਨੱਥੂ ਵਾਲਾ ਗਰਬੀ ਦੀ ਟੀਮ ਆ ਚੁੱਕੀ ਹੈ
ਫਿਰੋਜ਼ਸ਼ਾਹ ਬੀ ਵਾਲੇ ਮੁੰਡੇ ਆ ਜਾਣਗੇ, ਨੱਥੂ ਵਾਲਾ ਗਰਬੀ ਤੇ ਫਿਰੋਜ਼ਸ਼ਾਹ ਬੀ ਦਾ ਵੀ ਮੈਚ ਬਹੁਤ ਤਕੜਾ ਖੇਡਿਆ ਜਾਣਾ ਹੈ। ਉਧਰ ਗੁਰੂ ਦਾ ਲੰਗਰ ਖੁੱਲਾ ਚੱਲ ਰਿਹਾ ਹੈ, ਜਿਹੜੇ ਬੀ ਲੰਗਰ ਬੈਠਾ ਹੋਣਾ ਲਾਲੋ ਵੀ ਉਹ ਝੌਂਪੜੀ ਚ ਜਾ ਕੇ ਤੇ ਜੀ ਦਾ ਮੁੱਢ ਤੋਂ ਗਰੀਬਾਂ ਨਾਲ ਵਾਹ, ਮੈਂ ਤਾਰਿਆਂ ਤੋਂ ਪੁੱਛਦੀ ਪੜਾਕਾ ਪਾ ਦਿੱਤਾ, ਸਰਬ ਚੇਰ ਹੋ ਗਿਆ ਖੰਜਰ ਵਾਲੀਆ, ਉਹ ਕਾਲਿਆ ਤਕੜਾ ਹੋਣਾ ਪੈਣਾ, ਖਾਲਸੇ ਦਾ ਸਾਥ ਦੇਣਾ ਪਊਗਾ। ਕਹਿ ਪਾਸੀਆਂ ਪੇਟ ਪਿੰਡ ਦੇ ਮਣੀ ਨੂੰ ਤੇ ਜਾਂ ਫਿਰ ਭੋਗੇ ਨੂੰ ਕਹਿ ਵੀ ਪਾਲਾ ਦੇ ਲਗਾਤਾਰ ਲਾਉਣੀਆਂ ਪੈਣਗੀਆਂ, ਕਾਲਾ ਦੇ ਕਦੇ ਪਿੰਦਰ ਪਿੰਦਰ ਤੇ ਕਾਲਾ, ਦੂਜੇ ਪਾਸੇ ਕੰਪਿਊਟਰ ਰਾਜਪਾਲ ਕਹਿੰਦੇ ਬਾਗੜੀ ਦੀ ਅੱਗ ਦੀ ਚੜ੍ਹਾਈ ਆ, ਤੇ ਮੁੰਡੇ ਦੀਆਂ ਕਹਿੰਦੇ ਰੀਲਾਂ ਅੱਗ ਵਾਂਗੂ ਵਾਇਰਲ ਹੁੰਦੀ ਅੱਜ ਕੱਲ, ਕਦੇ ਕਮਾਲ ਹੋਈ ਪਈ ਆ, ਦੁਨੀਆਂ ਦਿਆਲ ਹੋਈ ਪਈ ਹੈ। ਮੈਂ ਸੰਧੂ ਮਾਣ ਕਰਦਾ ਮੁੰਡਿਆਂ ਦੀ ਖੇਡ ਤੇ, ਗੱਡੀਆਂ ਵਾਲੀ ਕਲੱਬ ਹੈ, ਗੱਡੀ ਦੇ ਨਾਲ ਕਹਿੰਦੇ ਬਾਗੜੀ ਦੇ ਮਾਣ, ਪ੍ਰਿੰਸ ਦੇ ਮਾਣ, ਕਦੇ ਵਾਸੀਆਂ ਬੇਟ ਵਾਲੇ ਮਣੀ ਦੇ ਮਾਣ ਕੀਤੇ ਹੈ, ਉਹ ਗੱਲ ਪਿਆਰ ਦੀ ਹੈ। ਉਧਰ ਕਹਿੰਦੇ ਰਵੀ ਖੋਸਾ ਵੀ ਆਇਆ, ਉਹ ਬੱਲੇ 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 ਕੇ ਲਾਵਾ ਮੁੰਡਾ, ਪਿੰਦਰ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ, ਨੰਬਰ ਖੰਜਰਵਾਲ ਦੀ ਟੀਮ ਦੇ ਖਾਤੇ ਇੱਕ ਤੇ ਨੰਬਰ ਕਹਿੰਦੇ ਪੰਜ ਹੋ ਗਏ ਹੈ, ਫਰਕ ਚਾਰ ਕੁ ਨੰਬਰਾਂ ਦਾ ਖੇਡ ਮੈਦਾਨ ਦੇ ਵਿੱਚ, ਇੱਕ ਤੇ ਪੰਜ ਦੀ ਟੱਕਰ ਹੈ। ਉਹ ਸਾਹਮਣੇ ਕਹਿੰਦੇ 11 ਪੁਆਇੰਟਾਂ ਦੀ ਵੱਡੀ ਲੀਡ ਹੈ। ਇੱਧਰ ਮਾਨ ਸਨਮਾਨ ਵੀ ਜਿਹੜੇ ਉੱਚੇ ਕਰਦੇ ਕੀਤੇ ਜਾ ਰਹੇ ਖਿਡਾਰੀ ਵੀਰਾਂ ਦੇ ਵੀ ਹੈ ਔਰ ਸਾਡੇ ਸਹਿਯੋਗੀ ਸੰਘਾਂ ਦੇ ਵੀ ਹੈ, ਪਰ ਇੱਧਰ ਮੁੰਡੇ ਕਹਿੰਦੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਨੇ, ਇੱਕ ਤੋਂ ਦੋ ਆਓ ਕਰਨ ਦੇ ਲਈ ਮੁੰਡਿਆਂ ਨੇ ਕਹਿੰਦੇ ਦਿਉਂਦਬੰਦੀ ਕੋਈ ਨਾ ਕੋਈ ਘੜੀ ਹੋਵੇਗੀ ਹੈ, ਵੀ ਹੁਣ ਤੇ ਆਹ ਤਰਕੀਬ ਆਪਾਂ ਨੂੰ ਆਓ ਕਿਹੜੀ ਵਰਤਣੀ ਪੈਂਦੀ ਹੈ, ਵੀ ਸਦਾ ਚਿੱਤ ਦੀ ਦਿਉਂਦਬੰਦੀ ਜੰਗ ਨੂੰ ਆਓ ਕੱਲੇ ਚਿੱਤ ਦੇ ਵੀ ਹੁੰਦੇ ਕਹਿੰਦੇ ਹਥਿਆਰ ਦੇਈ ਹੈ ਤੇ ਜਾਨਦਾਰ ਬੰਦਿਆਂ ਦਾ ਰਹਿੰਦੇ ਆ, ਤਾਂ ਰਹਿੰਦੀ ਆ ਫਿਰ ਸਾਡੀ ਸ਼ਾਨਦਾਰ ਬਈ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਹੈ, ਬਿੰਦਰਾ ਜਰਮਨੀ ਵਾਲੇ ਮਾਣ ਕਰਦੇ ਹੈ, ਆਓ ਪੰਨੂ ਮਾਣ ਕਰਦਾ ਹੈ, ਟੱਪਾ ਟੱਪਾ ਪਵਾਉਣਾ ਪੈਣਾ ਵਾਸੀਆਂ ਬੇਟ ਵਾਲਾ ਮਣੀ, ਇਹ ਵੀ ਕਹਿੰਦੇ ਬਾਬਾ ਦੀਪ ਸਿੰਘ ਦੀ ਖੇਡ ਕਲੱਬ ਦਾ ਵੱਡਾ ਖਿਡਾਰੀ ਹੈ, ਹੈਂਡ ਪੜਾਕੇ ਪੈਂਦੇ ਕਾਕੇ ਖੇਂਦੇ, ਅੱਜ ਕਹਿੰਦੇ ਜਗਰਾਉਣ ਦਾ ਇਲਾਕਾ ਹੈ, ਜਗਰਾਉਣ ਦੀ ਰੋਸ਼ਨੀ ਬੜੀ ਪ੍ਰਸਿੱਧ ਹੈ, ਆਓ ਕਹਿੰਦੇ ਗਿੱਦੜਵਿੰਡੀ ਦੀ ਧਰਤੀ ਹੈ, ਹਫ਼ਤੇ ਨੇ ਗਿੱਦੜਵਿੰਡੀ ਦਾ ਨਾਂ ਇੱਕ ਦੁਨੀਆ ਦੇ ਨਕਸ਼ੇ ਤੇ ਲਿਖ ਦਿੱਤਾ ਹੈ, ਖੇਡ ਕਬੱਡੀ ਦੀ ਬਦੌਲਤ ਆਓ ਸਾਹਮਣੇ ਅੱਜ ਕਹਿੰਦੇ ਹਫ਼ਤੇ ਦੇ ਪਿੰਡ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ, ਵੱਡਾ ਮੇਲਾ ਚੱਲਦਾ ਹੈ, ਦੁਨੀਆ ਦੂਰ ਦੁਰਾਡੇ ਪੁੱਜੀ ਹੋਈ ਹੈ, ਆਓ ਇਹਨਾਂ ਮੈਚਾਂ ਨੂੰ ਦੇਖਣ ਦੇ ਲਈ। ਇਹ ਖੰਜਰ ਵਾਲੀ ਆ ਢੋਗਾ, ਬੜਾ ਦਿਮਾਗੀ ਖਿਡਾਰੀ ਇਹ ਮੁੰਡਾ, ਕਿੰਨੇ ਸਾਲ ਚੱਕਰ ਦੇ ਮੇਲੇ ਦਾ ਬੈਸਟ ਰਿਹਾ ਹੈ, ਤੇ ਚੱਕਰ ਕਹਿੰਦੇ ਸੋਹਣਾ ਪਿੰਡ ਹੈ ਪੰਜਾਬ ਦਾ, ਮੇਲੇ ਦਾ ਮੁੰਡਾ ਬੈਸਟ ਰਿਹਾ ਹੈ, ਕਿੰਨੇ ਸਾਲ ਬੱਲੇ ਬੱਲੇ ਕਰਵਾਈਏ ਮੁੰਡੇ ਨੇ, ਆਓ ਬੱਲੇ ਬੱਲੇ ਕਹਿੰਦੇ ਅੱਜ ਵੀ ਹੋਈ ਪਈ ਹੈ। ਉਧਰ ਲੱਕੀ ਪੰਜਾਬ ਪੁਲਿਸ ਦੀ ਉਹਨਾਂ ਦੇ ਵੱਲੋਂ ਜੇ ਪਿੰਦਰ ਟੱਪਾ ਪਾਵੇ ਤੇ ਪਿੰਦਰ ਦੇ ਲਈ 500 ਤੇ ਪਨਿਹਾਰੀ ਵਾਲਾ ਜਿਹੜਾ ਮਰਜ਼ੀ ਕੋਈ ਖਿਡਾਰੀ ਕਾਲੇ ਦੇ ਥਾਂ ਲਾ ਦੇਵੇ ਤੇ ਕਹਿੰਦੇ ਮਾਣ ਆਪਾਂ ਉਹਦਾ ਵੀ 500 ਦੇ ਨਾਲ ਕਰਾਂਗੇ, ਵੱਡਾ ਧੰਨਵਾਦ ਮੈਂ ਕਰਾਂ।
ਕਰਾਂਗਾ ਸਾਡੇ ਕੋਈ ਕਾਲਾ ਪੰਜਾਬ ਭੁੱਲ ਗਈ, ਲੋਕੀ ਲੱਖ ਪਰਵਾਸੀ ਕਰਦੇ ਆ, ਸਾਰੇ ਪਟੇ ਪੈਣ ਤੇ ਡਰਦੇ ਆ, ਤੇ ਬੰਦਾ ਬੰਦੇ ਨੂੰ ਖਾ ਜਾਵੇ ਆ, ਜੇ ਸਰਕਾਰ ਜ਼ੁਲਮ ਤੋਂ ਡਰਦੇ ਆ, ਲੋਕੀ ਫੜ ਨਹੀਂ ਮਾਰੀਦੀ ਆ, ਤੇ ਨੰਬਰਦਾਰ ਸਰਪੰਚ ਪੁਲਿਸ ਨਾਲ ਵਿਗਾੜੀਦੀ ਕਦੇ ਨਹੀਂ ਵਿਗਾੜੀਦੀ। ਵਾਸੀਆਂ ਵੇਖਦਾ ਫਿੱਟ ਜਾ ਹੁਣੀ ਵਾਲਾ ਬੱਲੀ ਤੱਕਦਾ ਹੈ, ਮਾਨ ਕਹਿੰਦੇ ਬੁਲਟ ਦੇ ਨਾਲ ਕੀਤੇ ਆ ਵਾਸੀ ਵਾਲੇ ਦੇ, ਹਾਂ ਪੋਣੀ ਵਾਲਾ ਬੱਲੀ ਕਹਿੰਦੇ ਮਰੀਦ ਹੈ ਮੁੰਡੇ ਦੀ ਖੇਡਦਾ ਹੋਣੀਆਂ ਪਿੰਡਾਂ ਨੀਲੋ ਨਹਿਰ ਦੇ ਕਿਨਾਰੇ, ਪਰ ਆਹ ਗੱਲਾਂ ਦਾ ਮੁੰਡਾ ਹੈ, ਕੱਲ ਵੀ ਤਗੜਾ ਖੇਡਿਆ ਦੀ ਟੀਮ ਦੇ ਲਈ ਸਿਰਫ ਇੱਕ ਮਿੰਟ ਦਾ ਸਮਾਂ, ਰੋਬਾਈ ਜੀ ਆ ਜਾਓ ਕਿਰਪਾ ਕਰਕੇ ਜਲਦੀ ਦੇ ਨਾਲ, ਹੁਣ ਤੇ ਮੇਰਾ ਵੀ ਕਹਿਣ ਨੂੰ ਜੀ ਨੀ ਕਰਦਾ, ਆਓ ਜੀ ਆ ਜਾਓ ਜਲਦੀ ਦੇ ਨਾਲ। ਨਾਲ ਉਧਰਲੇ ਪਾਸੇ ਸਾਡੇ ਸੁਖਵਿੰਦਰ ਸਿੰਘ ਜੀ ਜਿੱਤ ਏਐਸ ਆਈ ਸਾਹਿਬ ਚੌਂਕੀ ਇੰਚਾਰਜ, ਔਰ ਨਾਲ ਜਗਦੇਵ ਸਿੰਘ ਜੀ ਸਰਕਲ ਪ੍ਰਧਾਨ, ਉਹ ਐਲਾਨ ਕਰਵਾਉਂਦੇ ਵੀ ਇੱਧਰ ਚੱਲਦੇ ਹੋਏ ਮੈਚ ਦੇ ਵਿੱਚ ਜਿਹੜਾ ਖਿਡਾਰੀ ਸੱਤ ਬਾਲਾਂ ਕ੍ਰੋਸ ਕਰ ਗਿਆ ਨਾ ਵੀ ਨਿਗਾਹ ਰੱਖੀ ਬੋਡਾਂ ਨਾਲ ਮੇਰਾ ਵੀਰ ਬਣ ਕੇ, ਜਿਹੜੇ ਖਿਡਾਰੀ ਨੇ ਸੱਤ ਬਾਲਾਂ ਕ੍ਰੋਸ ਕਰਦੀ ਤੇ 1000 ਰੁਪਇਆ ਦਿੱਤਾ ਜਾਵੇਗਾ, ਵੱਡੇ ਮਾਣ ਤੇ ਕਦੇ ਸਨਮਾਨ ਦਿੱਤੇ ਜਾਣਗੇ, ਪਰ ਕਦੇ ਮੈਚ ਚੋਟੀ ਦਾ ਉਹ ਕੌਣ ਜਿੱਤੂਗਾ, ਚੱਕਾ ਕਦੇ ਸਿੰਘਾਂ ਦੇ ਚੇਤੇ ਤੌਰ ਤੇ ਪੁੱਜਿਆ ਜਰਮਨੀ ਵਾਲੇ ਖੰਜਰ ਵਾਲੀਓ 11000 ਮੁੰਡੇ ਕਹਿੰਦੇ 11000 ਨਗਦ ਹੋਵੇਗਾ, ਰਾਜਪ੍ਰੀਤ ਤੇ ਮਨਪ੍ਰੀਤ ਜਰਮਨੀ ਅਮਨ ਸਰਪੰਚ ਪੇਤਰੀ ਵਾਲਾ ਕਹਿੰਦੇ USA ਹੁੰਦੀਆਂ, ਜਿਗਰੇ ਵੱਡੇ ਹੈ, ਜੱਟਾਂ ਦੇ ਦਿਲ ਵੱਡੇ ਹੈ, ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਹੋਏ ਖੰਜਰ ਵਾਲੀਆ ਕਾਲਾ ਦਿਮਾਗੀ ਬਾਲਾ ਹੈ, ਸਕੀਮ ਕੋਈ ਲਾ ਹੀ ਜਾਂਦਾ ਹੈ, ਅੜੇ ਮੈਚਾਂ ਦੇ ਵਿੱਚ ਮੁੰਡਾ ਪਾਣੀਆਂ ਦਾ ਕਮਾਲ ਕਰ ਦਿੱਤੀ ਹੈ, ਇਹ ਹੈ ਬਾਸੀਆਂ ਬੇਟ ਵਾਲਾ 3-5 ਦੀ ਟੱਕਰ ਹੈ, ਉਹ ਬਿੱਲਾ ਡਿੱਗੋ ਤੰਦੂਰ ਚ ਨੱਥੂ ਵਾਲਾ ਖੜੀ ਮੁੰਡੇ ਆ ਜਾਓ ਜਲਦੀ ਦੇ ਨਾਲ ਵੀਰ ਬਣ ਬੱਲੇ ਤਿੰਨ ਪੰਜ ਆ ਜੀ, 3 ਖੰਜਰਾਲ ਦੇ 5 ਭਨਿਆਰੀ ਦੇ, ਬੜਾ ਤਕੜਾ ਮੈਚ ਖੰਜਰਾਲੀਏ, ਪਿੰਦਰ ਨੇ ਐਨ ਫਾਟਕ ਬੰਦ ਕਰਤਾ ਗੋਲ ਕਪੂਰ ਵਾਲਾ, 4-5 ਹੋ ਗਏ 4-5, ਘੱਟਾਂ ਵਾਲੀ ਸੈਮੀ ਚ ਵੀਰੇ ਉਹਨਾਂ ਦਾ ਮੈਚ ਰੁਕ ਕੇ ਹੋਊਗਾ, ਇੱਕ ਮੈਚ ਪਿਆ ਜੇ ਕੁਆਟਰ ਮੈਚ ਪਿਆ ਜੇ, ਘੱਟਾਂ ਵਾਲੀ ਸੈਮੀ ਚ 4-5 ਬਲਦੀ, ਇੱਧਰ ਫਰੋਸ਼ਾ ਦੀ ਬੀ ਟੀਮ ਵੀ ਆਵੇ ਬਈ, ਫਰੋਸ਼ਾ ਪਿੰਡ ਦਾ ਬਣੀ 31 ਰਨ ਕੀਤਾ ਗਿਆ, ਇੱਕ ਮਿੰਟ ਵੇਟ ਕਰਿਓ ਦਿਲਸ਼ਾਦ, ਹੈਲੋ ਦਿਲਸ਼ਾਦ
ਦਾਨਯੁਗਰ ਸੁਖਵਿੰਦਰ ਸਿੰਘ ਜੀ ਇਸ ਸਾਹਿਬ ਚੌਂਕੀ ਇੰਚਾਰਜ ਉਹ ਵੀ ਮੈਚਾਂ ਦਾ ਆਨੰਦ ਪਏ ਮਾਣਦੇ ਨੇ। ਬਹੁਤ ਵੱਡਾ ਧੰਨਵਾਦ ਜਿੰਨੇ ਵੀ ਸਤਿਕਾਰਯੋਗ ਭਰਾ ਪਹੁੰਚੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਵਿੱਚ। ਦਾਦੀ ਦਸਵੀਂ ਤੋਂ ਸਭ ਜੀ ਨੰਬਰ ਕਿੰਨੇ ਕਿੰਨੇ ਹੈ? ਦਾਨਯੁਗਰ ਅਮਨਦੀਪ ਸਾਡਾ ਭਰਾ ਕਹਿ ਰਿਹਾ ਵੀ ਜੇਕਰ ਪੀਸੀ ਸਿਰ ਦੇ ਨਾਲ ਬਾਲ ਮੋੜ ਦੇਵੇ ਤੇ ਹਰਿਆਣੇ ਦੇ ਕਿਸੇ ਵੀ ਟੂਰਨਾਮੈਂਟ ਦੇ ਟਰੈਕ ਸੂਟ ਦੇ ਨਾਲ ਵੀਰ ਦਾ ਮਾਣ ਸਨਮਾਨ ਕੀਤਾ ਜਾਊਗਾ। ਧੰਨਵਾਦ ਜਿੰਨੇ ਵੀ ਭਰਾ ਲਾਈਵ ਤੇ ਹੋ ਸਾਰਿਆਂ ਦਾ ਬਹੁਤ ਧੰਨਵਾਦ। ਰਮੀ ਗਰੇਵਾਲ, ਜਤਿੰਦਰ ਗਰੇਵਾਲ, ਸਿਮਰਨ ਸਿੱਧੂ, ਲਾਡੀ ਸੰਧੂ, ਬਹੁਤ ਬਹੁਤ ਧੰਨਵਾਦ। ਮਨੀਸ਼ ਬੋਟਲੀਆ ਪਟੇਲ, ਅਮਨਪ੍ਰੀਤ ਬੁੱਟਰ, ਸਰਪੰਚ ਸਾਹਿਬ ਸਾਡੇ ਕਨੇਡਾ ਤੋਂ ਲਾਈਵ ਆ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਵੀਰੇ ਹਰਪ੍ਰੀਤ ਬਰਾੜ, ਸਾਰੇ ਭਰਾਵਾਂ ਦਾ ਜੀ ਬਹੁਤ ਧੰਨਵਾਦ। ਸ਼ੇਅਰ ਕਰੀਓ ਬਾਈ, ਸੇਮੀ ਆ ਸੇਮੀ, ਪਹਿਲਾ ਸੇਮੀ। ਹੈਲੋ, ਗਿੱਦੜਵਿੰਡੀ ਦਾ ਟੌਪ ਦਾ ਕੱਪ ਚੱਲ ਰਿਹਾ, ਵੱਡੇ ਪ੍ਰਾਈਜ਼, ਵੱਡਾ ਫਾਈਟ, ਕਮਾਲ ਹੋ ਗਈ ਹੈ। ਵਧੀਆ ਵਧੀਆ ਰਮੀ, ਕੀ ਹਾਲ ਆ ਜੱਟਾ? ਰਮੀ ਯਾਰ ਲਾਈਵ ਤੇ ਹੈ, ਜਤਿੰਦਰ ਹੋਰੀ ਗਰੇਵਾਲ ਬਾਈ, ਲੁਧਿਆਣੇ ਦਾ ਪਿੰਡ ਬੜਾ ਪ੍ਰਸਿੱਧ ਕਰ ਦਿੱਤਾ ਮੁੰਡਿਆਂ ਵਾਲੀਬਾਲ ਖੇਡ ਖੇਡਦੇ ਆ, ਔਕਾਂ ਦੇ ਧੋਖੇ ਨੇ ਅਗਲੀ ਸਰਵਿਸ ਕਰ ਦਿੱਤੀ ਹੈ। ਖੱਬੇ ਪਾਸੇ ਪਾਸੀਆਂ ਪੇਡ ਪਿੰਡ ਦਾ ਬਣੀਆਂ ਪੈਰ ਛੱਡਦੇ ਆ, ਨਿਸ਼ਾਨ ਚਿੱਤਦੇ, ਕਈ ਤਲੂਏ ਦੇ ਚੇਲੇ ਅਫਗਾਨ ਚਿੱਤਦੇ ਤੇ ਤਰੂਆਂ ਦੇ ਨਾਂ ਕੇ ਲਾਹੌਰ ਵੀ ਹੁੰਦੇ ਤੇ ਲਿਮਟਾਂ ਦੇ ਚੱਕੀਆਂ ਦਾ ਚਾਹੇ ਦਿੱਤਾ ਤੇ ਅਕਲਾਂ ਨੂੰ ਪੈਂਦੇ ਕਰੇ ਚੋਰ ਨੀ ਹੁੰਦੇ ਲਿਮਟਾਂ ਦੇ ਚੱਕੀਆਂ ਦਾ ਚਾਹੇ ਦਿੱਤਾ ਤੇ ਅਕਲਾਂ ਨੂੰ ਪੈਂਦੇ ਕਰੇ ਚੋਰ ਨੀ ਹੁੰਦੇ ਚਰਚਾ ਦੇ ਚੜਾਈ ਮੇਰੇ ਮਿੱਤਰ ਵੱਟਦੀ ਹੈ ਚੱਕਰ ਦੇ ਪੱਡੇ ਮੇਰੇ ਤੋਂ ਮੁੰਡੇ ਨੇ ਕਹਿੰਦੇ ਟੈਸਟ ਰਹਿ ਗਏ ਨੇ ਲੋਕਾਂ ਦਾ ਆਪਣੇ ਵੱਲੋਂ ਧਿਆਨ ਖਿੱਚਿਆ ਤਾਰਾ ਨੰਬਰ ਹੋਰ ਅੱਠਵੇਂ ਤੇ ਗੱਲਬਾਤ ਖੜ ਗਈ ਹੈ ਮੇਰੇ ਮਿੱਤਰੋ ਕੌਣ ਜੋੜਦਾ ਪੱਲੇ 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 ਪੱਲੇ
ਬੱਲੇ 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 ਰੱਬ ਤੇ ਧਰਤੀ ਥੱਲੇ ਲਾ ਵੀ ਯਾਰ ਮਾਡ ਦੇ ਚੰਗਾ ਲੱਗਦਾ ਤੇ ਤਾੜੀ ਤੂੜੀ ਕੋਣੀ ਮਾਰਦੇ ਬਾਈ ਆ ਤਾੜੀ ਮਾਰਦੇ ਜ਼ੋਰਦਾਰ ਸਵਾਰ ਕਦੇ ਵੱਜਿਆ ਪਿਆ ਬਾਈ ਦੀ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਦੀ ਵਧੀਆ 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 ਰਾਜੂ ਠੀਕ ਹੈ ਵੀਰੇ ਸ਼ੇਅਰ ਕਰਿਓ ਮੇਰੇ ਭਰਾ ਸਾਰੇ ਜਣੇ ਖਿੱਚ ਕੇ ਇੱਥੇ ਰਹਿ ਪੰਜ ਸੱਤ ਚੇਂਜ ਪੰਜ ਪਨਿਆਰੀ ਸੱਤ ਖੰਜਰਵਾਲ ਕਾਲਾ ਖੰਜਰ ਵਾਲੀ ਗਲਤੀ ਕਰ ਗਿਆ ਇੱਧਰ ਮਹਿੰਦਰਪਾਲ ਜੀ ਬਾਬਾ ਧੰਨਵਾਦ ਸ਼ੁਕਰੀਆ ਜੀ ਰਾਣਾ ਪਿੰਡ ਬਹੁਤ ਧੰਨਵਾਦ ਲੱਗੀ ਪੁਲਿਸੀਆ ਜੀ ਉਹ ਵੀ ਠੇਕੇਦਾਰ ਦੇ ਆਏ ਹੋਏ ਬਹੁਤ ਬਹੁਤ ਧੰਨਵਾਦ ਨਾਲ ਸਾਡੇ ਬਾਈ ਵੀ ਆਏ ਨੇ ਵੱਡਾ ਧੰਨਵਾਦ ਹੈ ਲੈ ਜੀ ਨੰਬਰ ਕਹਿੰਦੇ ਉੱਧਰਲੇ ਪਾਸੇ ਤੁਸੀਂ ਵੱਧ ਗਿਆ ਨੰਬਰ ਪ੍ਰਬੰਧਕਾਂ ਨੇ ਤਿੰਨ ਨੰਬਰ ਕੱਟ ਕੇ ਮੈਂ ਸ਼ੁਰੂ ਹੋਣਾ ਨੋਟ ਕਰ ਲੈਣ ਨੱਥੂ ਵਾਲੇ ਦੀ ਟੀਮ ਬਹੁਤ ਸਮੇਂ ਤੋਂ ਖੜੀ ਹੈ ਇੱਧਰ ਸੱਤ ਆ ਜੀ ਖੰਜਰਾਲ ਦੇ ਉੱਧਰ ਪੰਜ ਨੋਟ ਮੇਰੀ ਨੰਬਰ ਕੱਟੇ ਜਾਣਗੇ ਤਿੰਨ ਨੰਬਰ ਕੱਟ ਕੇ ਮੈਂ ਸ਼ੁਰੂ ਹੋਣਾ ਜੀ ਹੈਲੋ ਉਧਰ ਪੰਜ ਪੈਡ ਭਨੇਰੀ ਇੱਧਰ ਸੱਤ ਪਿੰਡ ਖੰਜਰਾਲ ਫਿਰ ਚੇਂਜ 7-5 ਫਿਰ ਚੇਂਜ ਸਰਵਿਸ ਖੰਜਰਾਲੀਆਂ ਦੀ ਜਿੱਤਣ ਵਾਲੀ ਟੀਮ ਨੇ ਫਾਈਨਲ ਪਹੁੰਚ ਜਾਣਾ ਵੀਰੇ ਗਿੱਦੜ ਪਿੰਡੀ ਦੇ ਵੱਡੇ ਕੱਪ ਦੇ ਫਾਈਨਲ 'ਚ ਪਹੁੰਚ ਜਾਣਾ ਅਮਨਦੀਪ ਬਾਈ ਵੇਟ ਕਰੀ ਮੇਰਾ ਬਾਈ ਮਨਪ੍ਰੀਤ ਉੱਪਲ ਸਤੀਸ਼ ਵਾਘਮਾਰੇ ਰਮੇਸ਼ ਕੁਮਾਰ ਖਾਲੀਆ ਹਾਂਜੀ ਹਾਂਜੀ ਮੁਬਾਰਕਾਂ ਜੀ ਮੁਬਾਰਕਾਂ ਬਹੁਤ ਮੁਬਾਰਕਾਂ ਸਾਰੇ ਭਰਾਵਾਂ ਨੂੰ ਰਮੇਸ਼ ਕੁਮਾਰ ਥੈਂਕ ਯੂ ਹੈਲੋ ਰਾਵੀ ਕੋਟੀ ਦਾ ਮੈਚ ਹੈ ਬਾਈ ਦੀ ਗਰਾਊਂਡ ਨੰਬਰ ਇੱਕ ਦੇ ਵਿੱਚ ਵੀ ਆ ਰਹੇ ਦੋਨੋਂ ਟੀਮਾਂ ਦੇ ਖਿਡਾਰੀ ਮੇਰਾ ਭਰਾ ਬਣ ਕੇ ਆਪਾਂ ਕਰੀਏ ਮੈਚ ਦੀ ਸ਼ੁਰੂਆਤ ਬਾਈ ਇੱਕ ਨੰਬਰ ਗਰਾਊਂਡ ਓਏ ਬਾਕੀ ਅਪਡੇਟ ਵੀਰੇ ਕਰਦੇ ਹਾਂ ਬਾਅਦ ਚ ਕਰਦੇ ਹਾਂ ਅਪਡੇਟ ਮੈਚ ਇੰਜੋਏ ਕਰਿਓ ਰਣਪ੍ਰੀਤ ਜਰਮਨੀ ਨਾਲ ਆਪਣਾ ਸਰਪੰਚ ਸਾਡਾ ਬਾਈ ਕੋਕਰੀ ਬੋਟਰਾ ਵਾਲਾ ਬਾਈ ਦੀਪ ਗੁਰਦ ਹੋਣੀ ਹੈ ਮਾਣ ਕਰਦੇ ਪਹਿਲੇ ਦਿਨ ਖੰਜਰਾਂ ਦੀ ਟੀਮ ਦੇ ਔਰ ਹੁਣ ਵੀ ਐਲਾਨ ਵੱਡੇ ਆਏ ਖੰਜਰਾਂ ਦੀ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚ ਜਿੱਤਦੀ ਹੁੰਦੀ ਹੈ ਤੇ ਖੰਜਰਾਂ ਦੀ ਟੀਮ ਦਾ ਸਨਮਾਨ ਜਿਹੜਾ 11,000 ਦੀ ਨਗਦ ਰਾਸ਼ੀ ਨਾਲ ਕੀਤਾ ਜਾਊਗਾ ਕਹਿੰਦੇ 11,000 ਦੇ ਨਾਲ ਮਾਣ ਸਨਮਾਨ ਜਿਹੜੇ ਵੱਡੇ ਕਰ ਦਿੱਤੇ ਜਾਣਗੇ ਮਾਣ ਸਨਮਾਨ ਵੱਡੇ ਹੋਣਗੇ ਲੈ ਵੀ ਹਣੀ ਨੱਥੂ ਵਾਲੀ ਕਲਾ ਸੁਣਿਆ ਮੈਚ ਮੁੰਡੇ ਆ ਗਏ ਫਿਰੋਜ਼ ਸ਼ਾਹ ਬੀ ਵਾਲੇ ਨੱਥੂ ਵਾਲਾ ਗਰਮੀ ਵੀ ਆ ਗਈ ਹੈ ਤੇ ਮੈਚ ਚਲਾ ਦਈਏ ਜਲਦੀ ਦੇ ਨਾਲ ਆਪਾਂ ਟਾਸ ਕਰੋ ਜੀ ਦੋਨੋਂ ਟੀਮਾਂ ਵੱਟੋ ਲੈ ਨੱਥੂ ਵਾਲੀ ਕਾਰ ਟਾਸ ਗਿਆਨੀ ਕਰੋ ਟਾਸ ਵੀਰ ਬਾਲੇ ਕਰਾਓ ਜੀ ਮੈਚ ਜਲਦੀ ਦੇ ਨਾਲ ਗੁਰਵੀਰ ਬਾਬਾ ਧੰਨਵਾਦ ਵੀਰੇ
ਸਕੋਰ ਦੱਸਦੇ ਜੀ, ਦੱਸਦੇ ਵੇਟ ਕਰਿਓ। ਬਹੁਤ ਧੰਨਵਾਦ ਜਿੰਨੇ ਵੀ ਭਰਾ ਲਾਈਵ ਤੇ ਹੋ। ਲਓ ਵੀ ਸ਼ੁਰੂ ਕਰ ਦੋ ਜੀ ਮੈਚ ਬਾਈ, ਗਰਾਊਂਡ ਨੰਬਰ 1 ਦੇ ਵਿੱਚ ਵੀ ਬੜਾ ਚੋਟੀ ਦਾ ਮੈਚ ਹੈ, ਇਹਦੀ ਮੈਚ ਕਦੇ ਖੜਕੇ ਕਰਕੇ ਵਾਲਾ ਹੋਣਾ ਬਾਈ ਹੈ ਤੇ ਜਿਹੜਾ ਮੈਚ ਇੱਧਰ 2 ਨੰਬਰ ਗਰਾਊਂਡ ਤੋਂ ਚੱਲ ਰਿਹਾ ਹੈ, ਇਤਿਹਾਸ ਕਦੇ ਸੁਰਜਿਆ ਜਾ ਰਿਹਾ, ਜਿੱਥੇ ਜਿੱਥੇ ਆ ਮੈਚ ਲੱਗ ਜਾਂਦਾ ਤੇ ਮੇਲੇ ਸਫਲ ਹੋ ਜਾਂਦੇ ਨੇ। ਪੰਜਾਬੀ ਵਾਲਾ ਕਹਿੰਦੇ ਰਾਜਪਾਲ ਹੈ, ਲਵ ਸੰਧੂ ਕਹਿੰਦੇ 5 ਗਰਾਈਆਂ ਵਾਲਾ, ਆਸਟ੍ਰੇਲੀਆ ਵਾਲਾ ਸਾਡਾ ਭਰਾ ਚੋਟੀ ਕਰਦੇ ਪਹੁੰਚਿਆ, ਰਵੀ ਖੁਸ਼ ਹੋ ਰਹੀ ਹੈ, ਬਾਬਾ ਪੀ ਸਿੰਘ ਸਪੋਰਟਸ ਕਲੱਬ ਜਤਿੰਦਰ ਕੁਕੜੀ ਬਹੁਤ ਪਿਆਰਾ ਵੀਰ ਹੈ ਸਾਡਾ, ਬੜਾ ਮਾਣ ਸਾਡੇ ਵੀਰਾਂ ਨੇ ਦਿੱਤਾ ਹੈ, ਜਦੋਂ ਵੀ ਉਸ ਨਗਰ ਦੇ ਵਿੱਚ ਸਮਾਗਮ ਦੇ ਵਿੱਚ ਨਹੀਂ ਹੈ। ਲਓ ਪੰਜਾਬੀ ਵਾਲਾ ਕਹਿੰਦੇ ਪ੍ਰਿੰਸ ਤਿਆਰ ਹੈ ਖੇਡ ਮੈਦਾਨ ਦੇ ਵਿੱਚ, ਮੈਚ ਬੜਾ ਤਕੜਾ ਹੈ, ਰਾਜਪ੍ਰੀਤ ਜਨਮਰੀ ਮਨਪ੍ਰੀਤ ਜਰਮਨੀ ਸਾਡਾ ਵੀਰ ਕਹਿੰਦੇ ਹੈ ਵੀ 11,000 ਦੇਣਾ ਹੈ, ਦੇਣਾ ਵੀ ਲੱਗਦਾ ਹੈ, ਹੋਏ ਖੰਜਰ ਵਾਲੀ ਉਹ ਮੈਚ ਜਿੱਤਣਾ ਚਾਹੀਦਾ, ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, 2 ਨੰਬਰਾਂ ਦਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ, ਮੈਚ ਕਹਿੰਦੇ ਇੱਧਰ ਵੀ ਤਕੜਾ ਖੇਡਿਆ ਜਾਣਾ ਹੈ, ਰਾਤੀ ਮੁਕਾਬਲੇ ਜੋ ਤਕੜਾ ਹੈ ਖੇਡੀਏ। ਕਹਿੰਦਾ ਜੀ ਖੇਡੋ ਵੀਰਵਾਨ ਦੇ ਜਲਦੀ ਦੇ ਨਾਲ, ਹਲੇ ਆਪਣਾ ਇੱਕ ਹੋਰ ਸੇਮੀ ਪਿਆ ਹੈ, ਹਲੇ ਇੱਧਰ ਕੁਆਟਰ ਚੱਲਣਾ ਹੈ, ਖੇਡੋ ਵੀਰਵਾਨ ਦੇ ਜਲਦੀ, ਲੈ ਵੀ ਹਣੀ ਟਾਸ ਹੋ ਗਈ, ਬੋਲਦੇ ਬੋਲਦੇ ਦਵਿੰਦਰ, ਖੇਡੀ ਬੋਲਦੇ ਬੋਲਦੇ ਦਵਿੰਦਰ, ਵੇਟ ਕਰੀ ਬੜਾ ਰੂਪ ਜੀ, ਦਵਿੰਦਰ ਇੱਕ ਮਿੰਟ ਵੇਟ ਕਰੀ, ਕਿਹੜੀ ਲੈਣੀ ਹੈ ਟਾਸ ਜਿੱਤੂ, ਦਵਿੰਦਰ ਸਿੰਘ ਵੇਟ ਕਰੀ, ਵੇਟ ਕਰੀ, ਥੈਂਕ ਯੂ। ਸਰਬਜੀਤ ਸਿੰਘ ਜੀ ਸ਼ੰਮੀ ਖਹਿਰਾ ਜਿਹੜੇ ਆਪਣੇ ਟਾਈਮ ਦੇ ਵਿੱਚ ਬਾਹਰ ਤਗੜੀ ਵਾਲੀਬਾਲ ਵੀ ਖੇਡੀ ਹੈ, ਔਰ ਉਹ ਵੀ ਵਾਲੀਬਾਲ ਦੇ ਕਹਿੰਦੇ ਮਰੀਜ਼ ਮੈਚਾਂ ਦਾ ਆਨੰਦ ਤੇ ਮਾਰਦੇ ਨੇ, ਵੱਡਾ ਮੈਂ ਧੰਨਵਾਦ ਕਰਾਂਗਾ। ਹਾਲਦਾਰਾਂ ਕੇਂਦਰ ਜ਼ਰੂਰ ਸੰਪਰਕ ਕਰ ਲੈਂਦੇ ਬਾਈ, ਸੇਮੇ ਹੋਣੀ ਚੇਤੇ ਕਰਦੇ ਜੀ। ਉੱਧਰ ਗਗਨੇ ਅਰਗੇ ਆਏ ਆ ਕਹਿੰਦੇ ਕੋਕਰੀ ਵਾਲੇ, ਜੋਤ ਅਰਗੇ, ਖਿੰਦਰ ਅਰਗੇ, ਹਣੀ ਅਰਗੇ ਭਰਾ ਪੁੱਜੇ ਹੋਏ ਹੈ ਸਾਰੇ ਵੀਰ, ਜ਼ਿੰਦਗੀ ਦੇ ਬੜੇ ਸਤਿਕਾਰ ਯੋਗ ਹੈ, ਕੋਕਰੀ ਵਾਲੇ ਆਏ ਹੋਏ ਹੈ, ਕੋਕਰੀ ਕਲਾ ਕੋਕਰੀ ਦਾਇਆ, ਹੋ ਗੱਲਾਂ ਕਹਿੰਦੇ ਕੋਕਰੀ ਬੱਟਰਾਂ ਦੀਆਂ ਹੁੰਦੀਆਂ, ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, ਹੋ ਭੜਿਆਰੀ ਵਾਲਾ 1 ਨੰਬਰ ਦਾ ਫਰਕ ਹੈ, ਪਿੰਦਰਾ ਪਾਵੇ ਟੱਪਾ ਪੰਨੂ ਵੀ ਦੇਖੀ ਜਾਂਦਾ ਹੈ, ਕਹਿੰਦਾ ਮਾਣ ਵੱਡੇ ਕਰ ਦਿਆਂਗੇ, ਹੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਗੱਲਾਂ ਵੱਡੀਆਂ ਹੈ ਬਾਈ ਜੀ, ਮੈਚ ਚਲਾ ਦੀ ਇੱਧਰ ਕਿਰਪਾ ਕਰਕੇ ਜਲਦੀ ਦੇ ਨਾਲ ਦੱਸੋ ਖੇਡੀ ਅਮੀਰ ਬੰਦੇ, ਹੁਣ ਨਾ ਸਮਾਂ ਖਰਾਬ ਕਰੋ। ਦਵਿੰਦਰ ਲੱਭਾ ਜੋ ਸਿੰਗਲਾਂ ਸਮੈਸ਼ ਮਾਰ ਕੇ ਨੰਬਰ ਜੋੜ ਦੇਵੋ ਤੇ ਲੱਭੇ ਦਾ ਮਾਨ ਕਿੰਗਰਾਂ ਦੇ ਬੰਦੇ ਕੱਪ ਦੇ 6 ਫੁੱਟ ਕੱਪ ਨਾਲ ਕੀਤਾ ਜਾਊਗਾ, ਪਾਸੀਆਂ ਖੇਡ ਵਾਲਾ ਬਣੀ ਕੋਸ਼ਿਸ਼ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ, ਪਰ ਲਵਦੀਪ ਅੱਜ ਕਹਿੰਦੇ ਆਈ ਤੇ ਆਇਆ ਹੋਇਆ ਹੈ, ਭੰਡਿਆਰੀ ਵਾਲਾ ਕੰਪਿਊਟਰਾਂ ਨਾਲ ਰਾਜਪਾਲ, ਉਹ ਕਹਿੰਦੇ ਰਾਜ ਪੱਲ ਹੋਣਾ ਦਾ ਲਾਭ ਸਿੰਧੂ ਹੋਰ ਅੱਜ ਹੋਤਾ ਕਰਦਾ ਟਰਾਈਆਂ ਖੇਡ ਦੇ ਮੈਦਾਨ ਦੇ ਵਿੱਚ, ਪਰ ਨੰਬਰ ਦੇਖਾਂਗੇ ਕੌਣ ਜੋੜਦਾ ਆਪਣੀ ਟੀਮ ਦੇ ਲਈ, ਗੱਲ
ਕਹਿੰਦੇ ਟਾਈਮ ਟਾਈਮ ਦੀ ਆ ਮੇਰੇ ਮਿੱਤਰੋ, ਵੀ ਸਮੇਂ ਜਿਹਾ ਪਹਿਲਵਾਨ ਤੇ ਨਾ ਪ੍ਰਧਾਨ ਕੋਈ ਹੈ, ਆਖਿਰ ਪੱਟਿਆ ਪੱਟਿਆ ਵੀ ਕੱਢ ਲਾ ਦੇਗਾ। ਹਿੰਮਤ ਕਰਕੇ ਦੇਖ ਲਾ, ਜੇ ਗੱਲ ਬਣ ਜਾਵੇ ਅੱਗੇ ਕਦਮ ਵੀ ਤੋੜ ਕਿਸੇ ਨੂੰ ਰਾਹ ਦਿੰਦਾ, ਤੇ ਬਾਕੀ ਦੁੱਖ ਤੇ ਸਾਰੇ ਹੱਸ ਕੇ ਫਿਰ ਜਾਈਏ, ਤੇਰਾ ਦੁੱਖ ਰਵਾ ਜਾਂਦਾ, ਤੇਰਾ ਦੁੱਖ ਰਵਾ ਜਾਂਦਾ। ਗੱਲ ਤੇ ਦੁੱਖਾਂ ਦੀ ਹੈ, ਕਹਿੰਦੀ ਮੈਚ ਚਲਾ ਦਈਏ ਹਣੀ ਆਪਾਂ ਰਸੋ ਖੇਡੀਏ, ਕਹਿੰਦੇ ਕਹਿੰਦੇ ਆ ਜਲਦੀ ਨਾ ਸੁਣਿਆ ਪਿੰਡਾਂ ਚੁੱਕਿਆ ਵਾਲਾ, ਮੈਂ ਚਾਹ ਵੀ ਬਾਹਲੇ ਖੜਕੇ ਦੜਕੇ ਵਾਲਾ ਖੇਡਿਆ ਜਾਂਦਾ ਹੈ, ਨੱਥੂ ਵਾਲਾ ਦਰਦੀ ਤੇ ਦੂਜੇ ਪਾਸੇ ਕਹਿੰਦੇ ਚੁੱਕਿਆ ਵਾਲੇ ਮੁੰਡੇ ਆ ਗਏ, ਮੈਂ ਚਾਹ ਵੀ ਸਿਰੇ ਦਾ ਖੇਡਿਆ ਜਾਂਦਾ ਹੈ, ਚਲਾਈਏ ਜੀ ਮੈਚ ਆਪਾਂ ਜਲਦੀ ਦੇ ਨਾਲ। ਕਿਰਪਾ ਕਰਕੇ ਸਮਾਂ ਬਹੁਤ ਹੋ ਗਿਆ ਭਰਾ, ਹੁਣ ਨਾ ਬਾਜਾ ਮਰਵਾਓ, ਆ ਜਾਓ ਵੀਰ ਬਣ ਕੇ, ਸੱਤ ਛੇ ਹੈ ਇੱਧਰ ਸੱਤ ਉੱਧਰ, 9:43 ਤਰਤਾਲੀ ਮਿੰਟ ਹੋ ਗਏ ਹੈ, ਆ ਜਾਓ ਜਲਦੀ ਦੇ ਨਾਲ, ਹਲੇ ਕੁਆਟਰ ਚੱਲਦਾ ਭਰਾ, 9:43 ਮਿੰਟ ਹੋ ਗਏ ਹੈ, ਆ ਜਾਓ ਟੁੱਟਣ ਵਾਲੇ ਮੁੰਡੇ ਜਿਹੜੇ ਰਹਿੰਦੇ ਹੈ, ਚਲਾ ਮੈਚ ਕਰਾਂ ਰਸੂ, ਕਹਿੰਦਾ ਵੀ ਆਈਫੋਨ ਦੀ ਪਾਰਟੀ ਅੱਜ ਕਰਦੇ ਹਾਂ ਆਪਾਂ, ਭਰਾ ਕਹਿਣਾ ਵੀ ਜੇ ਸ਼ਾਮੂ ਦੀ ਹਟਨਾ ਬਲ ਮੋੜ ਦੇਵੇ ਤੇ ਇੱਕ ਵਧੀਆ ਟਰੈਕ ਸੁਟ ਦਿੱਤਾ ਜਾਵੇਗਾ, ਔਰ ਨਾਲ ਉੱਧਰ ਅਮਨਦੀਪ ਸਰਪੰਚ ਟੋਕਰੀ ਬਟਰਾ, ਔਰ ਸਾਡਾ ਭਰਾ ਬੜੀ ਵੱਡੀ ਸਪੋਰਟ ਆ ਸਾਡੇ ਵੱਲ ਢਿੱਲ ਲਈ, ਵਾਲੀਬਾਲ ਸ਼ੂਟਿੰਗਾਂ ਨੂੰ ਫਾਇਰ ਦੇ ਕਹਿੰਦੇ ਬੰਦੇ ਕਰਦੇ ਆ, ਪਰ ਇਹਨੂੰ ਓਪਨ ਕਰਕੇ ਰੱਖੀ ਲਾਈਵ, ਪ੍ਰਿੰਸ ਖਹਿਰਾ ਜੀ ਕਨੇਡਾ, ਹੈਲੋ, ਜਿਹੜਾ ਵੀ ਖਿਡਾਰੀ ਕੋਈ 10 ਬਾਲਾਂ ਕ੍ਰੋਸ ਕਰੂਗਾ ਤੇ ਰੁਪਈਆ 2000 ਦਿੱਤਾ ਜਾਊਗਾ ਜੀ, ਬਾਬਾ ਧੰਨਵਾਦ ਅਮਨੇ ਬਾਈ ਸਰਪੰਚ ਸਾਹਿਬ, ਬਾਬਾ ਧੰਨਵਾਦ, ਸ਼ੁਕਰੀਆ ਜੀ, ਸਕੋਰ ਵੀਰੇ ਇੱਧਰ 8 ਪੁਆਇੰਟ ਆ ਖੰਜਰਾਲ ਦੇ, 6 ਪੁਆਇੰਟ ਆ ਭਨਿਆਰੀ ਦੇ, 8-6 ਬਾਈ ਮੇਸਪਰੇ ਹੈ ਮਾਸਟਰ ਜੀ, ਜ਼ਰੂਰ ਪਹੁੰਚਦੀ ਕਰ ਦਿਓ ਹੈਪੀ ਮਾਸਟਰ ਜੀ, ਇੱਧਰ 1 ਨੰਬਰ ਗਰਾਊਂਡ 'ਤੇ ਜੇ ਮੂਹ ਸਪਰੇ ਹੈ ਵੀ ਭੇਜ ਦਿਓ ਜੀ, ਮੂਹ ਸਪਰੇ ਜੇਕਰ ਹੈਗੀ ਤੇ ਬਹੁਤ ਧੰਨਵਾਦ ਹੈ ਜੀ, ਬਾਈ ਜ਼ਿਆਦਾ ਸਮਾਂ ਨਾ ਲਾਓ, ਮੈਚ ਸ਼ੁਰੂ ਕਰ ਦਿਓ ਵੀ, ਨੱਥੂ ਵਾਲਾ ਗਰਬੀ ਦੀ ਟੀਮ ਦਾ ਮੈਚ ਜਿਹੜਾ ਖੇਡਾ ਜਾਣਾ ਮੇਰੇ ਮਿੱਤਰ ਫਰੋਸ਼ਾਂ ਦੀ ਬੀ ਟੀਮ ਦੇ ਨਾਲ, ਬਹੁਤ ਤਗੜਾ ਜਿਹੜਾ ਇੱਕ ਕੁਆਟਰ ਫਾਈਨਲ ਹੈ, ਲਾਸਟ ਕੁਆਟਰ ਹੈ, ਇੱਧਰ ਪਹਿਲਾ ਸੈਮੀ ਚੱਲ ਰਿਹਾ, ਜਿੱਤਣ ਵਾਲੀ ਟੀਮ ਨੇ ਇੱਕ ਵਧੀਆ ਪ੍ਰਾਈਜ਼ ਇੱਕ ਵੱਡੇ ਕੱਪ ਤੇ ਮੇਰੇ ਮਿੱਤਰ ਹੋਰ ਹੋਰ ਦੀਆਂ ਵੱਡੇ ਕੱਪ ਦੀਆਂ ਮੇਰੇ ਮਿੱਤਰ, ਅੱਜ ਕਹਿੰਦੇ ਜਿੱਤਣ ਵਾਲੀ ਧਰਤੀ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ, ਹਰ ਮਾਂ ਦਾ ਪੁੱਤ ਪਠਾਉ ਹੈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ, ਹਰ ਮਾਂ ਦਾ ਕਦੇ ਪੁੱਤ ਪਠਾਉ ਹੈ, ਮੈਚ ਕਹਿੰਦੇ ਸਿਰੇ ਦਾ ਉਹਦੇ ਗਰਾਊਂਡ ਨੰਬਰ 1 ਦੇ ਉੱਤੇ ਸ਼ੁਰੂ ਹੋਣ ਜਾ ਰਿਹਾ, ਪਰ ਲੋਕਾਂ ਦੀ ਕਦੇ ਕਲਕਲੀ ਅੱਖ ਜਿਹੜੀ ਗਰਾਊਂਡ ਨੰਬਰ 2 ਦੇ ਵਿੱਚ ਪੰਜਾਬ ਮੈਚ ਦੇ ਵਿੱਚ ਬਰਫਾਂ ਦੇ ਆਖਰ ਪੜਨਾ ਕੀ ਹੈ, ਪੰਜਾਬ ਮੈਚ ਦੇ ਵਿੱਚ ਕੀ ਬਣੂਗਾ, ਇਹ ਕਹਿੰਦੇ ਫੈਸਲੇ
ਹੋਵੇ ਇਹ ਮੈਦਾਨ ਦੇ ਉੱਪਰ ਸਮਾਂ ਲੱਗੂਗਾ ਕਿਸੇ ਨੂੰ ਕੀ ਦੇਣਾ ਕਿੱਦਾਂ ਦੇਣਾ ਤੇ ਕਦੋਂ ਦੇਣਾ ਤੇ ਜਿਹੜੇ ਫੈਸਲੇ ਸੰਗਤ ਪਾਸ਼ਾ ਪ੍ਰਮਾਤਮਾ ਨੇ ਰੱਖੇ ਹੁੰਦੇ ਆ ਪਰ ਦੇਖਾਂਗੇ ਇਧਰ ਕਦੇ ਰਾਜ ਪਾਪ ਹੋਈ ਕਦੇ ਭੱਜਲ ਤੁਰਾ ਫਿਰਦਾ ਸਾਰੇ ਗਰਾਊਂਡ ਦੀ ਟੱਬਰਦਾਰੀ ਸਾਂਭੀ ਫਿਰਦਾ ਮੁੰਡਾ ਪਰ ਗੱਲ ਤੇ ਪੁਆਇੰਟ ਤੇ ਆ ਕੇ ਮੁੱਕ ਜਾਂਦੀ ਆ ਰਾਜਪਾਲ ਹਰ ਮਨ ਪਿਆਰੀ ਮਾਣ ਕਰਦੇ ਤੇਰੇ ਤੇ ਬਾਈ ਰਵੀ ਹੋਣੀ ਬੈਠੇ ਆ ਅੱਜ ਦੇ ਕਦੇ ਲਵ ਵੀ ਆਇਆ ਹੋਇਆ ਤੇਰੀ ਖੇਡ ਦੇਖਣ ਦੇ ਲਈ ਤੇ ਜੇ ਮਾਣ ਬਾਈ ਹੋਣੀ ਕਰਦੇ ਤੇ ਮਾਣ ਫਿਰ ਰੱਖਣਾ ਪੈਣਾ ਹਰ ਮਨ ਪਿਆਰੀ ਦੀ ਯਾਰੀ ਵਿੱਚ ਨਫੇ ਨੂੰ ਕੋਈ ਸਾਥ ਨਹੀਂ ਉਹ ਦੇਖੀ ਦੇ ਤੇ ਬੱਦਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਤੋੜੀ ਦਾ ਤੇ ਆਪਣੇ ਪਿਆਰਿਆਂ ਦਾ ਆਪਣੇ ਪਿਆਰਿਆਂ ਦਾ ਤੋੜੀਦਾ ਬਾਣ ਹੁਣ ਰੱਖਣਾ ਪਊਗਾ ਗੱਲ ਜਿਹੜੀ ਫੇਰ ਟਿਕਾਣੇ ਲੱਗੂਗੀ ਮੈਂ ਵੀ ਢਿੱਲੋ ਬਈ ਹੱਥ ਛੋਈ ਆ ਪੁਆਇੰਟ ਨੌ ਕੇ ਨੌ ਅੱਠ ਅੱਠ ਛੋਈ ਆ ਰਾਜਪ੍ਰੀਤ ਪਿੰਡ ਹੈ ਕਹਿੰਦੇ ਜੀਰੇ ਦਾ ਇਲਾਕਾ ਹੈ ਚੰਨੀ ਕਿਉਂ ਇਸੇ ਕਹਿੰਦਾ ਵੀ ਮਾਨ ਮੰਡੇ ਦਾ 15 ਪ੍ਰੋ ਦੇ ਨਾਲ ਆਪਾਂ ਕਰ ਦਿਆਂਗੇ ਹੋ ਵੱਡੇ ਮਾਨ ਸਨਮਾਨ ਕਹਿੰਦੇ ਹੋਣੇ ਹੈ ਸੋ ਤਾਂ ਲੱਭਾ ਕਹਿੰਦੀਆਂ ਦੁਨੀਆਂ ਪਰ ਚੰਦ ਵਾਜੇ ਵਾਲਾ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੁਆਟਰ ਹੈ ਜਿਹੜੀ ਜਿੰਦਗੀ ਘੱਟਿਆ ਵਾਲੀ ਦੇ ਨਾਲ ਖੰਡਾ ਖੜਕਣਾ ਹੈ ਜਿਹੜੀ ਜਿੰਦਗੀ ਖੰਡਾ ਘੱਟਿਆ ਵਾਲੀ ਨਾਲ ਖੜਕਣਾ ਹੈ ਇਹ ਹੈ ਜੱਸੂ ਇਹ ਵੀ ਕਹਿੰਦੇ ਪੁਰਾਣਾ ਥੰਮ ਹੈ ਅਸੀਂ ਖੁੰਡ ਹੈ ਪੁਰਾਣੇ ਵੱਲੀਏ ਸਾਰਾ ਨੇੜਾ ਤੇੜਾ ਜਾਣੇ ਵੱਲੀਏ ਅਸੀਂ ਖੁੰਡ ਹੈ ਪੁਰਾਣੇ ਵੱਲੀਏ ਇਹਦਾ ਨਾਂ ਵੀ ਕਹਿੰਦੇ ਪੁਰਾਣੇ ਖੁੰਡਾ ਚਾਹੁੰਦਾ ਹੈ ਉਹ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਸਿਰੇ ਦਾ ਨੰਬਰ ਬਿਲਕੁਲ ਅੰਗ ਮੁੰਡੇ ਲੈ ਕੇ ਆਇਆ ਪਰ ਬਾਲ ਆਊਟ ਹੈ ਸਫਲਤਾ ਕਹਿੰਦੇ ਫਿਰੋਜ਼ ਸਾਹਿਬ ਦੇ ਖਾਤੇ ਜੁੜਦੀ ਹੈ ਮੈਚ ਦੋ ਦਾ ਵੀ ਬਾਲਾ ਤਕੜਾ ਹੈ ਬਹੁਤ ਖੰਜਰ ਵਾਲੀ ਆ ਕਹਿੰਦੇ ਤਿਆਰ ਹੈ ਸਰਵੇ ਕਰਨ ਦੇ ਲਈ ਪੜਾਕੇ ਪੈਂਦੇ ਹੈ ਕਾਕੇ ਖੇਂਦੇ ਹੈ ਹੋ ਪੜਾਕੇ ਪੈਂਦੇ ਹੈ ਪੜਾਕੇ ਕਹਿੰਦੇ ਪੈ ਰਹੇ ਆ ਖੇਡ ਮੈਦਾਨ ਦੇ ਵਿੱਚ ਲਓ ਚੰਦ ਵਾਜੇ ਵਾਲਾ ਧਰਤੀ ਧੱਕ ਤੋਰ ਭਲਵਾਨਾ ਵਰਗੀ ਹੋ ਦੇਖ ਸੁਲਤਾਨਾ ਵਰਗੀ ਕਹਿੰਦੇ ਤੇ ਭਿੰਦੇ ਦੀ ਕਹਿੰਦੇ ਤੇ ਕਹਿੰਦੇ ਭਿੰਦੇ ਦੀ ਜੋੜੀ ਦੀ ਚਰਚਾ ਹੋਈ ਹੈ ਗੱਲਾਂ ਕਹਿੰਦੇ ਕਾਸੂ ਵੀ ਗੋਲ ਕੀਤੀ ਹੈ ਪਰ ਸਭ ਦਾ ਫਿਰ ਭਰੋਸਾ ਵੀਰ ਖਾਤੇ ਜੁੜ ਗਈ ਹੈ ਸਾਡਾ ਉੱਧਰ ਵੀ ਚੇਂਜ ਹੈ ਨਵੇਂ ਦਸੀ ਪੁੱਤਰ ਜਿਹੜਾ ਨੰਬਰ ਕਿੰਨੇ ਕਿੰਨੇ ਹੈਗੇ ਦਸੀ ਛੇ ਨੰਬਰ ਹੈ ਜਿਹੜੇ ਖੰਜਰਾਲ ਦੇ ਦਸ ਨੰਬਰ ਹੈ ਭਣਿਆਰੀ ਦੀ ਟੀਮ ਦੇ ਬਹੁਤ ਵਧੀਆ ਮੈਚ ਉੱਧਰ ਮਨਪ੍ਰੀਤ ਜਰਮਨੀ ਤੇ ਨਾਲ ਬਲਵਿੰਦਰ ਉੱਪਲ ਜੀ ਰਾਜਪ੍ਰੀਤ ਜਰਮਨੀ ਸਾਡਾ ਅਮਨ ਸਰਪੰਚ ਦੀਪ ਜਵੰਦਾ ਉਹ ਭਰਾ ਕਹਿੰਦੇ ਵੀ 11,000 ਦੇਣਾ ਜੇ ਖੰਜਰ ਵਾਲੀ ਜਿੱਤ ਜਾਣ 11 ਨੰਬਰ ਖੰਜਰ ਵਾਲੀ ਟੀਮ ਦੇ ਹੈ ਫਰਕ ਕਹਿੰਦੇ ਵੱਡਾ
11 ਨੰਬਰ ਹੈ ਖੰਜਰ ਵਾਲੀਆਂ ਦੇ। ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਅਕਰ ਕਹਿੰਦੇ ਗਿਆਨ ਦਾ ਰਹਿ ਸੈਮੀ ਹੈ, ਫਾਈਨਲ ਦੀ ਟਿਕਟ ਮਿਲ ਜਾਣੀ ਹੈ, ਜਿਹੜੇ ਜਿੱਤ ਗਏ ਟਿਕਟਾਂ ਫਾਈਨਲ ਦੀਆਂ। ਇੱਧਰ ਵੀ ਰੌਲਾ ਰੱਪਾ, ਬੱਲੇ 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 ਬੱਲੇ, ਬਾਲ ਫੌਲ, ਬਿਲਕੁਲ ਸਹੀ ਜਜਮੈਂਟ ਹੈ ਬਲਵਿੰਦਰ ਉੱਪਲ ਬਾਈ, ਤੇਜਵੀਰ ਗਰੇਵਾਲ ਤੇ ਬਲਵਿੰਦਰ ਉੱਪਲ, ਪਿੰਦਰ ਘੋਗੇ ਦੀਆਂ 5-3100 ਦੀਆਂ, ਤੇਜਵੀਰ ਗਰੇਵਾਲ USA। ਕਮਾਲ ਕਰ ਦਿੱਤੀ ਹੈ ਮੁੰਡੇ ਨੇ ਜੀ। ਤਾਲੀ ਉੱਧਰ ਬਾਈ ਤੇਜਵੀਰ ਗਰੇਵਾਲ ਦੀ, USA ਬਲਵਿੰਦਰ ਉੱਪਲ, ਬਲਵਿੰਦਰ ਉੱਧਰ ਜਾ ਕੇ ਮਾਨ ਸਨਮਾਨ ਵੱਡੇ ਹੋਣਗੇ। ਉਧਰਲੇ ਪਾਸੇ USA ਵਾਲੇ ਭਰਾ ਸਾਹਿਬ ਦੇ ਨਾਲ ਬਲਵਿੰਦਰ ਉੱਪਲ ਜੀ, ਉਹਨਾਂ ਦੇ ਵੱਲੋਂ ਧੋਖੇ ਦੀਆਂ 5 ਬਾਲਾਂ ਦਾ ਔਕਾ ਦੇ 3100 ਦਿੱਤਾ। ਮਾਨ ਕਰਦੇ ਹੈ ਤੇਜਵੀਰ ਉੱਪਲ ਵਰਗੇ, ਮਾਣ ਕਰਦੇ ਤੇਰੀ ਖੇਡ ਤੇ, ਕੱਤੇ ਸੌ ਦੀਆਂ ਘੋਗੇ ਦੀਆਂ 5 ਬਾਲਾਂ, ਘੋਗੇ ਦੀਆਂ 5 ਬਾਲਾਂ, ਗੱਲਾਂ ਲੱਗਣਗੀਆਂ ਟਿਕਾਣੇ। ਬੜਾ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਜਿਸ ਕਾਰਨ ਦੂਜਾ ਲੱਭਾ ਪਰ ਬਾਹ ਲੈਣਾ ਹੈ। ਹਾਓ ਮੁੰਡਾ ਬੱਲੇ ਬੱਲੇ ਕਰਵਾ ਗਿਆ, ਨੰਬਰ 3 ਹੋ ਗਿਆ ਨੱਥੂ ਵਾਲਾ ਗਰਬੀ ਦੇ, ਹਰੀ ਬੀ ਵਾਲੇ ਉਹ 19 ਨਾ ਹੋ ਜੇ। ਹਾਓ ਨੰਬਰ 3 ਹੋ ਗਿਆ, ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਰਮਨ ਸਰਪੰਚ ਟੋਕਰੀ ਬੁੱਟਰ ਵਾਲਾ, ਉਹ ਵੀ ਕਹਿੰਦੇ ਜੱਟ ਪਹੁੰਚ ਰਿਹਾ ਪੰਜਾਬ, ਐਨ ਧੱਕਰ ਪ੍ਰਮੋਟਰ ਹੈ ਸਾਡੀ ਖੇਡ ਦਾ, ਗੱਲਾਂ ਦੀਪ ਜਵੰਦੇ ਦੀਆਂ ਹੁੰਦੀਆਂ। ਟੋਕਰੀ ਵਾਲਾ ਕਹਿੰਦੇ ਰਣਦੀਪ ਆਇਆ ਹੋਇਆ ਹੈ, ਘੋਗੇ ਦੀਆਂ 5 ਹੋ ਗਈਆਂ ਜੀ ਕਹਿੰਦੇ ਪਿਆਰੇ ਵੀਰ ਹੈ, ਕਹਿੰਦੇ ਇੰਦਰਜੀਤ ਬੁੱਟਰ ਅਰਗੇ, ਬਬਲੇ ਬੁੱਟਰ ਅਰਗੇ, ਯਾਦੂ ਵਰਗੇ ਧੋਨੀ ਅਰਗੇ, ਬੜਾ ਪਿਆਰ ਦਿੱਤੇ ਕੁਕਰੀ ਵਾਲੇ ਨੇ, ਤੇ ਕੁਕਰੀ ਵਾਲਾ ਮੈਂ ਦੇਣਾ ਕਦੇ ਨਹੀਂ ਦੇ ਸਕਦੇ। ਹਾਂ ਬੱਲੇ 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 ਬੱਲੇ, ਕਿਆ ਬਾਤ ਹੈ, ਪਰ ਬਾਲ ਹੈ ਦੀ ਟੀਮ ਦੇ ਖਾਤੇ ਵਿੱਚ। ਇਧਰਲੇ ਪਾਸੇ ਕਦੇ ਇਹ ਤਾਂ ਪਿੰਡਾਂ ਦਾ ਮਾਣ ਬਣ ਕੇ ਉੱਠਿਆ, ਜਮੀਨਪੁਰ ਵਾਲਾ ਕਦੇ ਰਣਜੀਤ ਵੀ ਸਾਡਾ ਭਰਾ ਲਾਈ ਤੇ ਆ ਗਿਆ, ਜਾਓ ਦਾ ਬੰਦਾ ਧੰਨਵਾਦ ਹੈ। ਹਰ ਇੱਕ ਘੋਗੇ ਦੇ ਮੈਨੂੰ ਲੱਗਦਾ ਵੀ 5 ਕ੍ਰਾਸ ਕਰ ਦਿੱਤੀਆਂ ਤੋਂ ਹੋਈ, ਘੋਗੇ ਦੇ ਵੀ ਥੋੜੀਆਂ 5 ਬਾਲਾਂ ਉਹ ਕ੍ਰਾਸ ਕਰ ਦਿੱਤੀਆਂ ਨੇ, ਵੀ ਜਿੱਥੋਂ ਤੱਕ ਜਾ ਕੇ ਲੋਕੀ ਵਾਹਵਾ ਕਰ ਜਾਂਦੇ ਆ, ਆਪਾਂ ਉੱਥੋਂ ਸ਼ੁਰੂਆਤ ਕਰੀ ਦੀ ਹੈ ਤੇ ਕਰ ਦਿੱਤੇ ਢੇਰ ਆਪਾਂ ਚਿੱਟਿਆਂ ਦਿਨਾਂ ਚ, ਉਹ ਚਿੱਟੀ ਕਾਲੀ ਬੋਲੀ ਰਾਤ ਕਰੀ ਦੀ ਹੈ, ਕੰਮ ਤਾਂ ਦੋ ਤਾਂ ਨੇ ਕੱਢੇ ਕਦੇ ਪੈਰ ਵਿਜੋ ਛੱਡੇ, ਪੂਰੇ ਕਾਗਜ਼ੀ ਹਾਲਾਤ ਹੋਏ ਮਿੱਤਰਾਂ ਨੂੰ ਬੋਲਣੇ ਦੀ ਲੋੜ ਚਾਹੀਦਾ। ਆਓ ਸਾਡੇ ਬੱਲਿਆਂ ਰਿਕਾਰਡ ਬੋਲਦੇ, ਰਿਕਾਰਡ ਬੋਲਦੇ ਹੈ, ਉਧਰ ਤੇਜਵੀਰ ਗਰੇਵਾਲ ਤੇ ਬਲਵਿੰਦਰ ਉੱਪਲ ਹੈ USA ਵਾਲਾ, ਕਹਿੰਦੇ 5 ਬਾਲਾਂ ਤੇ 3100 ਲਾਇਆ ਤੇ ਘੋਗੇ ਨੇ ਨਾਲ ਦੀ ਨਾਲ ਹੀ 5 ਕ੍ਰਾਸ ਕਰਦੀਆਂ, ਇਹ ਘੋਗਾ ਖੰਜਰ ਵਾਲੀਆ ਮਾਣ ਕਰਦਾ, ਕਹਿੰਦੇ ਬਲਵਿੰਦਰ ਉੱਪਲ ਅਰਗੇ ਰਹਿੰਦਾ USA ਯਾਦ ਹੈ, ਤੇ ਦਿਲ ਹਮੇਸ਼ਾ ਕਹਿੰਦੇ ਪੰਜਾਬ ਲਈ ਧੜਕਦਾ ਹੈ। ਮੁੰਡਾ ਕਮਾਲ ਕਰ ਗਿਆ, ਖਾਲਸਾ 4 ਨੰਬਰ ਹੋ ਗਏ, ਨੰਬਰ ਕਹਿੰਦੇ
3-3 ਹੈ ਮੈਚ, ਇੱਕ ਨੰਬਰ ਦਾ ਵੀ ਬਹੁਤ ਤਕੜਾ ਹੈ, ਦੋ ਨੰਬਰ ਚ ਵੀ ਦੁਨੀਆ ਜੁੜੀ ਹੋਈ ਹੈ, ਮਾਸੀਆਂ ਬੇਟਾਲਾ ਵੀ ਫਿੱਟ ਹੈ। ਲਾ ਵੀ ਕਿੰਨੇ ਕਿੰਨੇ ਪੁਆਇੰਟ ਹੈ, ਇੱਕ ਵਾਰੀ ਪੁਆਇੰਟ ਤੇ ਜ਼ਰੂਰ ਦੱਸੀ ਮੌਡਿਆਂ ਵਾਲਿਆਂ ਵੀ ਕਿੰਨੇ ਕਿੰਨੇ ਹੋ ਗਏ ਬਾਈ। ਛੇ ਪੰਡਾ ਭਨਿਆਰੀ ਦਸ ਪੰਡ ਖੰਜਰਾਲ ਦੇ ਦਸ ਉਧਰ ਤੇ ਛੇ ਉਧਰ ਦਸ ਖੰਜਰਾਲ ਦੇ ਹੋਰ ਪਰਲੇ ਪਾਸੇ ਦਸ ਨੰਬਰ ਜਿਹੜੇ ਖੰਜਰਵਾਲ ਦੀ ਟੀਮ ਦੇ ਵੀ 6 ਤੇ 10 ਦਾ ਮੁਕਾਬਲਾ, ਅੱਧ ਅੱਧਾ ਫਰਕ ਹੈ ਵੀ ਉਹ ਜਿਹੜਾ ਪਾਪਾ ਬੈਠਾ ਵੀਰ ਚੇਅਰ ਤੇ ਹੋਣਾ ਯਾਰ ਉਹ ਕਦੇ ਕੌਡੀ ਬਾਡੀ ਖੇਡਦਾ, ਅੱਖਾਂ ਵਿੱਚ ਅੱਗ ਦੀ ਤੇ ਹੈ ਨੀ ਜੋਤ ਬਹੀ ਹੈ ਤੇ ਫਿਰਦਾ ਸੀ ਮੇਲਿਆਂ ਚ ਕਦੇ ਮਿਲਦਾ ਹੋਣਾ ਦੀ ਜਵਾਨੀ ਦੇ ਸਦਾ ਦੀ ਹਾਲਾਤ ਉਹ ਸਦਾ ਦੀ ਉਹ ਪੱਤਿਆ ਖਿਡਾਈਆਂ ਰਹਿੰਦੀਆਂ, ਸਦਾ ਦੀ ਹਾਲਾਤ ਹੁੰਦੇ ਮਾਰੇ ਬੰਬੇ ਦੇ ਪ੍ਰਤਾਪ ਦਾ ਨਾਂ ਤੇ ਬੜਿਆ ਸੁਣਿਆ ਸੀ, ਅੱਜ ਕਰਨ ਪ੍ਰਤਾਪ ਪਹਿਲੀ ਵਾਰ ਦੇਖਿਆ, ਹੋ ਸਾਡਾ ਕਰਨ ਪ੍ਰਤਾਪ ਵੀ ਆਇਆ ਹੋਇਆ ਮੈਚਾਂ ਦੇ ਨਜ਼ਾਰੇ ਲੈ ਰਹੇ ਹੈ। ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਰਵੀ ਬੀਲਾ, ਬਾਬਾ ਧੰਨਵਾਦ। ਨਾਲ ਹੀ ਬੇਨਤੀ ਹੈ ਬਈ, ਜੇ ਕਿਸੇ ਦੀ ਕੋਈ ਦਾਰੂ ਪੀਤੀ ਹੈ ਯਾਰ ਦੇ ਅੰਦਰ ਨਾ ਆਵੇ ਗਰਾਊਂਡ ਚ, ਬੇਨਤੀ ਹੈ ਕਲੱਬ ਵਾਲੇ ਵੀਰਾਂ ਮੰਨਿਓ, ਜੋ ਵੀਰਾਂ ਨੇ ਕਹਿਤਾ ਆਪਾਂ ਬੋਲ ਦੇਣਾ ਤੇ ਨੋਟ ਰੱਖਣਗੇ ਸਾਰੇ ਵੀਰ। ਬਹੁਤ ਸੋਹਣੇ ਮੁਕਾਬਲੇ ਚੱਲ ਰਹੇ ਆ ਖੇਡ ਮੈਦਾਨ ਦੇ ਵਿੱਚ, ਸਿਰੇ ਦੀ ਕਿੱਡੀ ਮੈਚ, ਕਹਿੰਦੇ ਇੱਧਰ ਵੀ ਬਾਲਾ ਤਕੜਾ ਹੈ, ਲਗ ਸੰਧ ਵਰਗੇ ਰਵੀ ਖੋਸੇ ਅੱਗੇ ਬੈਠੇ ਹੈ, ਨਜ਼ਾਰੇ ਆਈ ਜਾਂਦੇ ਆਪਣੇ ਸਮੇਂ ਦੇ ਵਿੱਚ ਕਹਿੰਦੇ ਯਾਦ ਕਰਦੇ ਲਾਏ ਹੋਏ ਰਿਕਾਰਡ ਸੈੱਟ ਕੀਤੇ ਇੱਧਰ ਸਾਡੇ ਬਹੁਤ ਸਰਦਾਰ ਦੇ ਜੁਗਦੇ ਜਗਦੇਵ ਸਿੰਘ ਜੀ, ਸਾਡੇ ਬਹੁਤ ਸਰਦਾਰ ਜੁਗਦੇ ਸੜਕ ਪ੍ਰਧਾਨ ਜੀ, ਵੱਡਾ ਮਾਰ ਪਿਆਰ ਵੀ ਯਾਰ ਲੈ ਕੇ ਸੁਬਹਾ ਤੋਂ ਕਹਿੰਦੇ ਦੁਪਹਿਰ ਤੱਕ ਵੱਡੀ ਹਾਜ਼ਰੀ ਵੀ ਭਰੀ ਹੈ, ਹੋਰ ਵੀ ਮੈਚਾਂ ਦਾ ਨੱਕ ਤੇ ਮਾਰਦੇ ਨੇ। ਉੱਧਰ ਲੱਗੀ ਪੰਜਾਬ ਪੁਲਿਸ, ਉਹ ਸਾਡੇ ਵੀਰ ਕਹਿ ਰਹੇ ਵੀ ਜੇ ਪਿੱਤਰ ਹੁਣ ਟੱਪਾ ਪਾ ਗਿਆ ਪਿੱਛੇ ਤਰਦੇ ਦਾ ਧੰਨਵਾਦ ਕਰਾਂਗਾ, ਤੇ ਕਹਿੰਦੇ 6 ਮਾਰਚ ਨੂੰ ਰੌਣਕਾਂ ਲੱਗਣਗੀਆਂ ਵੀਰਾਂ ਦੇ ਪਿੰਡ, 6 ਮਾਰਚ ਨੂੰ ਕਹਿੰਦੇ ਫਰੋਸ਼ਾਂ ਦੀ ਧਰਤੀ ਦੇ ਬੰਦਾ ਕੱਪ ਖੇਡਿਆ ਜਾਵੇਗਾ, ਸਾਰੀਆਂ ਟੀਮਾਂ ਵੇਲੇ ਨਾਲ ਪਹੁੰਚਣਗੀਆਂ ਜੀ ਇੱਥੋਂ ਦੀ, ਇਹ ਸਾਡੀ ਕਮੇਟੀ ਵਾਲੇ ਵੀਰਾਂ ਦੇ ਵੱਲੋਂ ਬੇਨਤੀ ਹੈ। ਕੱਲ ਨੂੰ ਕਹਿੰਦੇ ਬਾਬਰੀ ਦੀ ਧਰਤੀ ਦੇ ਰੌਣਕਾਂ ਜਿਹੜੀਆਂ ਵੱਡੀਆਂ ਲੱਗਣਗੀਆਂ, ਤੇ ਕੱਲ ਨੂੰ ਬਵਾੜੀਆਂ ਦੇ ਵਿੱਚ ਕੱਕੀ ਦਾ ਵੱਡਾ ਮੇਲਾ, ਪਰ ਮੁੰਡੇ ਪੜਾਰੀ ਕਰਕੇ ਮੇਲੇ ਜਿਹੜੇ ਲੱਗਦੇ ਜਾਂਦੇ ਮੇਰੇ ਮਿੱਤਰੋ ਵੀ ਪਹਿਲੀ ਪਹਿਲੀ ਸੰਗ ਟੁੱਟਦਿਆਂ ਟੈਮ ਤੇ ਲੱਗਦਾ ਏ, ਪੀਣੀ ਵਾਲੀ ਸੰਗ ਟੁੱਟਦਿਆਂ ਟੈਮ ਤੇ ਲੱਗਦਾ ਏ, ਬਈ ਨਵੀਂ ਨਵੀਂ ਮੁਟਿਆਰ ਮਾਹੀ ਤੋਂ ਡਰਦੀ ਹੁੰਦੀ ਆ, ਉਹ ਫਿਰ ਦੁੜਕਾ ਦੁੜਕਾ ਕਰਕੇ ਗੁੱਡੀ
ਚੜ੍ਹਦੀ ਹੁੰਦੀ ਆ, ਔਰ ਤੁੜਕਾ ਤੁੜਕਾ ਕਰਦੀ ਹੁੰਦੀ ਆ, ਚੜ੍ਹਦੀ ਹੁੰਦੀ ਆ, ਲਾਵੀ ਖੰਜਰ ਵਾਲੀਆ ਔਰ ਤਗੜਾ ਹੋਗਾ। ਇੰਦਰ ਮੁੰਡਿਆਂ ਦੇ ਕਈ ਜੋੜ ਦੇ ਆਪਣੀ ਟੀਮ ਦੇ ਲਈ ਹੈ, ਪਿੰਦਰਾਂ ਦੇ ਟੱਪਾ ਪਾਵੇ ਤੇ ਲੱਕੀ ਬਾਈ ਸਾਡੇ ਨਾਲ ਭਣਿਆਰੀ ਵਾਲਾ ਤੇ ਨਾਲ ਕਦੇ ਲੱਭਾ ਬੱਲੇ 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 ਰਾਜਪਾਲ ਤੋੜ ਦੇ ਬੜੀ ਪੱਟੀ ਰਵੀ ਖੋਸੇ ਹੋਣੀ ਵੇਖਿਆ ਬਾਈ ਲਵ ਹੋਣੀ ਤੇਰੀ ਖੇਡ ਦਾ ਮਾਰ ਕਰਦੇ ਮੁੰਡੇ ਤੇ ਜੇ ਮਾਰ ਕਰਦੇ ਤੇ ਫਿਰ ਹੁਣ ਕੁਝ ਨਾ ਕੁਝ ਮਾਣ ਰੱਖਣਾ ਵੀ ਪੈਣਾ ਮੁੰਡੇ ਮਾਣ ਕਰਦੇ ਤੇ ਮਾਣ ਕਹਿੰਦੇ ਰੱਖਣਾ ਵੀ ਪੈਣਾ ਬਹੁਤ ਤਕੜੇ ਮੈਚ ਦੋਨੋਂ ਨੇਤਾ ਦੇ ਕਮਾਲ ਹੋਈ ਪਈ ਹੈ ਰਵੀ ਖੰਜਰ ਵਾਲੀਆ ਦੁਨੀਆਂ ਕਹਿੰਦੀ ਵੀ ਬੜਾ ਦਿਮਾਗੀ ਹੈ ਉਹ ਮੁੰਡੇ ਨੇ ਕਮਾਲ ਹੀ ਕਰ ਦਿੱਤੀ ਹੈ ਪਤਾ ਹੀ ਨੀ ਲੱਗਣ ਦਿੱਤਾ ਉਹ ਸਾਹਮਣੇ ਕਮਾਲ ਹੀ ਕਰ ਗਿਆ ਹੈ ਖੰਜਰ ਵਾਲੀਆ ਉਹ ਮੁੰਡਾ ਕਮਾਲ ਕਰ ਗਿਆ ਹੈ ਬੜੀ ਮੰਨੀ ਪ੍ਰਵੰਨੀ ਟੀਮ ਹੈ ਖੰਜਰ ਵਾਲ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਉਧਰ ਤੇਜਵੀਰ ਗਰੇਵਾਲ ਯੂਐਸਏ ਨਾਲ ਕਹਿੰਦੇ ਬਲਵਿੰਦਰ ਪਲੈਜੂ ਹਿੱਸੇ ਵਾਲਾ ਮਾਣ ਕਰਦੇ ਖੰਜਰ ਵਾਲੀਆਂ ਦੀ ਖੇਡ ਤੇ ਉਹ ਕਹਿੰਦੇ ਬਿੰਦਰ ਦਾ ਪਿੰਡ ਹੈ ਖੰਜਰ ਵਾਲ ਸਾਫੀ ਦਾ ਪਿੰਡ ਹੈ ਸਿੰਦੇ ਦਾ ਪਿੰਡ ਹੈ ਮੋਹਣੇ ਦਾ ਪਿੰਡ ਹੈ ਉਹ ਗੱਲਾਂ ਹੁੰਦੀਆਂ ਵੱਡੇ ਵੱਡੇ ਸਟਾਰ ਰਾਜੂ ਵਰਗੇ ਖੰਜਰ ਵਾਲ ਨੇ ਪੈਦਾ ਕੀਤੇ ਹੈ ਮੁੰਡੇ ਖੰਜਰ ਵਾਲੀਓ ਬੱਲੇ ਬੱਲੇ ਕਰਵਾਈ ਜਾਂਦੇ ਹੈ ਕਿਤੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟਣਾ ਕਦੇ ਕੱਖ ਹੌਲੇ ਦਾ ਕੰਬਾਈਆਂ ਰਹਿੰਦੀਆਂ ਤੇ ਸਦਾ ਦੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਦੀਆਂ ਬੰਦਿਆਂ ਖਿਡਾਈਆਂ ਰਹਿੰਦੀਆਂ ਅੱਜ ਕਹਿੰਦੇ ਗੋਡਿਆਂ ਵਾਲੇ ਦੱਸੀ ਦੇ ਸਿਰ ਵੱਡੀਆਂ ਜ਼ਿੰਮੇਵਾਰੀਆਂ ਹਰੀਦਾ ਗੱਠੂ ਵਾਲਾ ਕਰਦੀ ਪਿੰਡਾਂ ਦੋਨੋਂ ਭਰਾਵਾਂ ਨੇ ਸਾਡਾ ਬੜਾ ਵੱਡਾ ਸਾਥ ਦਿੱਤਾ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਲਈ ਚਲੋ ਮੈਂ ਧੰਨਵਾਦ ਕਰਾਂਗਾ ਅੱਜ ਕਹਿੰਦੇ ਗੋਡਿਆਂ ਵਾਲੀ ਦੱਸੀ ਦੇ ਲਈ ਉੱਚੇ ਪਰ ਦੇ ਮਾਨ ਸਨਮਾਨ ਸਾਡੇ ਕਲੱਬ ਦੇ ਵੱਲੋਂ ਕੀਤੇ ਜਾ ਰਹੇ ਨੇ ਵੱਡਾ ਧੰਨਵਾਦ ਹੈ ਲੈ ਵੀ ਆ ਰਣਵੀਰ ਦੱਸ ਦੇ ਕੀ ਸਕੀਮ ਆ ਸੋਹਣੇ ਵੀਰ ਉਹ ਮੁੰਡੇ ਖੰਜਰ ਵਾਲੀਏ ਬੜੇ ਫਿੱਟ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਅੱਜ ਕਹਿੰਦੇ ਅੱਗ ਦੀ ਲਾਟ ਦਾ ਲੱਕ ਹੈ ਜਨੇਜਪੁਰੀ ਜਵਾਨ ਦੇ ਮੁੰਡੇ ਦਾ ਲੱਕ ਹੈ ਦੁਨੀਆ ਅੱਜ ਵੀ ਕਹਿੰਦੇ ਬੜਾ ਪਿਆਰ ਕਰਦੀ ਹੈ ਜਦੋਂ ਕਿਤੇ ਕੋਈ ਕੱਚੀ ਦੇ ਮੇਲੇ ਤੇ ਤੇ ਰਣਜੀਤ ਦਾ ਜ਼ਿਕਰ ਕਹਿੰਦੇ ਜ਼ਰੂਰ ਵਾਲੀਵਾਲ ਚ ਨਹੀਂ ਰਹੀਆਂ ਅੱਜ ਕਹਿੰਦੇ ਜਨੇਜਪੁਰੀ ਦਾ ਲੱਕ ਹੈ ਵੱਡੀਆਂ ਰੌਣਕਾਂ ਗਿੱਦੜ ਵਿੰਡੀ ਦੇ ਵਿੱਚ ਲੱਗੀਆਂ ਹੋਈਆਂ ਹਰ ਰਣਜੀਤ ਜਾਲ ਵੀ ਤਾਂ ਮੈਚਾਂ ਨੂੰ ਲਾਈ ਤੱਕਦਾ ਔਰ ਉਧਰਲੇ ਪਾਸੇ ਹਰਸ਼ ਕੁਮਾਰ ਧਨੀਗਾ ਵੀ ਪੱਤਾਂ ਵਾਲੇ ਯਾਰ ਉਹ ਐਲਾਨ ਕਰਵਾਉਂਦੇ ਨੇ ਵੀ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਤੇ ਜਸਵਿੰਦਰ ਢਿੱਲੋਂ ਦਾ ਆਪਾਂ ਵੱਡਾ ਸਨਮਾਨ ਕਰਨਾ ਇੱਕ ਵੱਡਾ ਸਰਪ੍ਰਾਈਜ਼ ਹੋਵੇਗਾ ਜਸਵਿੰਦਰ ਢਿੱਲੋਂ ਸਾਡੇ ਵੱਡੇ ਭਰਾ ਦੇ ਲਈ ਉਹ ਕਹਿੰਦੇ ਮਾਨ ਸਨਮਾਨ ਜਿਹੜੇ ਉੱਚੇ ਪੱਧਰ ਤੇ ਕੀਤੇ ਜਾਣੇ ਆ ਲਓ ਟਾਪ ਦਾ ਮੁਕਾਬਲਾ ਭਣਿਆਰੀ ਵਾਲਾ ਉਹ ਕਦੇ ਨਾਲ ਮੁੰਡਾ ਢਿੱਲਾਂ ਦਾ ਆਇਆ ਹੋਇਆ ਮੇਰੇ ਮਿੱਤਰੋ ਚੜ੍ਹਦੀ ਜਵਾਨੀ ਹੈ ਵੀ ਉੱਡੂ ਉੱਡੂ ਕਰਦਾ ਸਰੀਰ ਦੇ ਜਵਾਨੀ ਲੋਹੜੇ ਦੀ ਹੈ
ਗਰਾਉਂਡਾਂ ਦੇ ਆਉਣ ਵਾਲ ਚੌਂਕਾ ਹੈ ਬਰੋਲੇ ਦੀ ਨਵਦੀਪ ਸਿੰਘ ਗਿੱਲ ਪੂਰਾ ਨਾਮ ਤੇ ਸੁਨੱਖਾ ਰੱਖ ਕੇ ਪਿਆਰੀ ਸੱਧੂ ਰੰਗ ਮੁੰਡੇ ਵੀ ਚੜ੍ਹਾਈ ਲੱਗਦੇ ਆ ਪਿਆਰੀ ਸੱਧੂ ਰੰਗ ਮੁੰਡੇ ਵੀ ਚੜ੍ਹਾਈ ਲੱਗਦੇ ਵਾਕੇ ਕਹਿੰਦੇ ਮੁੰਡੇ ਦੀ ਚੜ੍ਹਾਈ ਹੈ ਗੱਲਾਂ ਕਹਿੰਦੇ ਵੱਡੀ ਹੈ ਰਾਜਵਿੰਦਰ ਬਲ ਬਣੀ ਦੀਆਂ ਚਾਰ ਬਾਲਾਂ ਇਕੱਤੀ ਸੌ ਦੀਆਂ ਵਾਹ ਬਾਈ ਵਾਹ ਰਾਜਵਿੰਦਰ ਬਲ ਸਾਡਾ ਭਰਾ ਕਹਿੰਦਾ ਵੀ ਬਣੀ ਦੀਆਂ ਚਾਰ ਬਾਲਾਂ ਤੇ ਆਪਣੇ ਵੱਲੋਂ ਇਕੱਤੀ ਸੌ ਦੀਆਂ ਹੋਣਗੀਆਂ ਇੱਕ ਕਹਿੰਦੇ ਮਾਣ ਵਾਲੀ ਗੱਲ ਹੈ ਕੱਲੇ ਕੱਲੇ ਖਿਡਾਰੀ ਦੇ ਪੈਸੇ ਲੱਗ ਰਹੇ ਆ ਤੇ ਕਦੇ ਮੁੰਡਿਆਂ ਦੀ ਉਹ ਚਾਰ ਤੇ ਬੜੀ ਪਈ ਹੈ ਉਹ ਕਦੇ ਚੋਰ ਲੱਗੀ ਜਾਂਦਾ ਮੇਰਾ ਪੂਰਾ ਗਰਾਊਂਡ ਨੰਬਰ ਦੋ ਦੇ ਵਿੱਚ ਵੀ ਲਵਦੀਪ ਉਹ ਸਾਹਮਣੇ ਰਾਜਪਾਲ ਤੇ ਲਵਦੀਪ ਦੂਜੇ ਪਾਸੇ ਪਿੰਦਰ ਤੇ ਕਦੇ ਕਾਲਾ ਉਹ ਨਾਲ ਮੈਂ ਤੱਕਦਾ ਵੀ ਵਾਸੀਆਂ ਦੇ ਪਿੰਡ ਦਾ ਮੰਡੀਆਂ ਉਹ ਕਦੇ ਵੱਡੀਆਂ ਕਲੱਬਾਂ ਦੇ ਵਿੱਚ ਮੰਗਾਂ ਮੁੰਡਿਆਂ ਦੀ ਪਰ ਭਨਿਆਰੀ ਵਾਲਿਆ ਉਹ ਪਾਲ ਕਈ ਲਾਗੇ ਦੇ ਨੰਬਰ ਫੇਰ ਕਰੂਗਾ ਇਹ ਤੈਨੂੰ ਚੰਗੀ ਤਰ੍ਹਾਂ ਪਤਾ ਵੀ ਪਾਲਾਂ ਲਾਏ ਬਿਨਾ ਹੱਲ ਕੋਈ ਹੋਰ ਵਾਲੀ ਉਹ ਪੋਲੇ ਪੈਰੀ ਨੀ ਮੰਨਦੇ ਮੁੰਡੇ ਉਹ ਵੀ ਚੰਗੇ ਉਸਤਾਦਾਂ ਦੇ ਚੰਡੇ ਹੋਏ ਨੇ ਪੋਲੇ ਪੈਰੀ ਨੀ ਮੰਨਦੇ ਉਹ ਵੀ ਚੰਗਿਆ ਉਸਤਾਦਾਂ ਦੇ ਉਹ ਚੰਡੇ ਹੋਏ ਆ ਕੰਪਿਊਟਰ ਕੰਪਿਊਟਰ ਬੱਲੇ 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 ਨਾਦੀ ਦਾਰੇ ਇਧਰਲੇ ਕਿੰਨੇ ਕਿੰਨੇ ਨੰਬਰ ਆ ਦੱਸੀ ਮੇਰਾ ਬਾਈ ਗਿਆਨ ਚੰਦ ਮੀਨਾ ਜੀ ਵੈਲਕਮ ਵੈਲਕਮ ਰਾਜੂ ਕਨੇਡਾ ਵੀ ਹੱਤੇ ਦਾ ਵੀ ਆ ਰਾਜੂ ਹੱਤੇ ਲੱਖ ਦਿੱਤਾ ਗਿਆ 52,000 ਰੁਪਏ ਦੀ ਕਹਿੰਦੇ ਬਹੁਤ ਵੱਡੀ ਸਪੋਰਟ ਆ ਸਾਡੇ ਵੀਰਾਂ ਦੇ ਮਿਲੀਓ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਸਾਡੇ ਬਹੁਤ ਹੀ ਸਤਿਕਾਰ ਦੇ ਵਧੀਆ ਵਧੀਆ ਕਮਲ ਟੋਟ ਹਰਸ਼ ਕੁਮਾਰ ਸਿੰਘ ਜੀ ਸਰਦਾਰ ਭਜਨ ਸਿੰਘ ਜੀ ਸੰਧੂ ਉਹਨਾਂ ਦੇ ਵੱਲੋਂ ਬਾਰਾਂ ਹਜ਼ਾਰ ਰੁਪਏ ਸਿਰ ਸਿਰ ਪੈ ਦੀ ਸਾਨੂੰ ਬਹੁਤ ਵੱਡੀ ਸਪੋਰਟ ਜਿਹੜੀ ਆਈ ਹੈ ਨਾਲ ਗੁਰਪ੍ਰੀਤ ਸਿੰਘ ਜੀ ਪਹਿਲਾਂ ਕਨੇਡਾ ਇਹਨਾਂ ਦੇ ਵੱਲੋਂ ਵੀ 400 ਰੁਪਇਆ ਸੁਖਦੀਪ ਸਿੰਘ ਜੀ ਸ
ਮਹਿੰਦਰ ਸਿੰਘ ਜੀ ਆ ਉਹਨਾਂ ਦੇ ਵੱਲੋਂ 150 ਰੁਪਏ ਦੀ ਬਹੁਤ ਵੱਡੀ ਸਹਾਇਤਾ ਦੇ ਰਹੀ ਹੈ। ਨਾਲ ਪ੍ਰਿੰਸ ਕਰੇਦਾ ਸਰਵ ਜਰਨੈਲ ਸਿੰਘ ਜੀ ਔਰ ਨਾਲ ਪਰਮਜੀਤ ਸਿੰਘ ਜੀ ਸਰਵ ਨਛੱਤਰ ਸਿੰਘ ਜੀ ਲਖਵਿੰਦਰ ਸਿੰਘ ਜੀ ਸਰਵ ਚਰਨ ਸਿੰਘ ਜੀ ਨਾਲ ਸੁਖਵਿੰਦਰ ਸਿੰਘ ਜੀ ਸਰਵ ਚਰਨ ਸਿੰਘ ਜੀ ਇਹ ਤਾਂ ਭਰਾਵਾਂ ਦੇ ਵੱਲੋਂ 53 ਸੌ ਦੇ ਬੜੇ ਵੱਡੇ ਯੋਗਦਾਨ ਸਾਨੂੰ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਆਏ ਹੈ ਕਿ ਛੱਡ ਕੇ ਪੰਜਾਬ ਚ
ਮੇਲੇ ਚੱਲਦੇ ਸਰਕਾਰਾਂ ਆਸਰੇ ਹੁੰਦੇ ਤਾਂ ਵੀਰੇ ਮੁੱਕ ਜਾਣੇ ਸੀ ਅੱਜ ਤੁਹਾਡੇ ਸਿਰਾਂ ਦੇ ਪੰਜਾਬ ਦੇ ਪਲੇਅਰ ਚੱਲਦੇ ਸਰਕਾਰਾਂ ਆਸਰੇ ਹੁੰਦੇ ਤਾਂ ਆਸਰੇ ਵਧਾਉਣੇ ਕੀ ਜਾਣੇ ਜਾਣੇ ਸੀ ਬਾਕੀ ਗੱਲ ਸਹੀ ਹੈ ਤਲਵੰਡੀ ਵਾਲਿਆ ਇਹਦੇ ਨਾਰੇ ਵੀਰਾਂ ਦਾ ਪਤਾ ਸਹਿਯੋਗ ਹੈ ਹਾਲ ਹੀ ਸਾਹਿਬ ਕੀ ਕਰਦੇ ਹੈ ਅਮਨਦੀਪ ਸਿੰਘ ਜੀ ਕਨੇਡਾ ਸਾਹ ਸਰਦਾਰ ਮਹਿੰਦਰ ਸਿੰਘ ਜੀ ਨਾਲ ਹਰਦਿਆਲ ਸਿੰਘ ਜੀ ਅਮੈਰੀਕਾ ਸੁਖਦੇਵ ਸਿੰਘ ਜੀ ਸੇਤੀ ਇਹਨਾਂ ਵੀਰਾਂ ਵੱਲੋਂ ਵੀ 5500 ਦੇ ਬੰਦੇ ਯੋਗਦਾਨ ਜਿਹੜੇ ਆਏ ਹੈ ਸਹਿਜਪਾਲ ਸਿੰਘ ਜੀ ਕਨੇਡਾ ਨਾਲ ਹਰਿੰਦਰ ਸਿੰਘ ਜੀ ਕਨੇਡਾ ਨਾਲ ਸਰਪੰਚ ਕੁਲਦੀਪ ਸਿੰਘ ਜੀ ਬਹੁਤ ਵੱਡਾ ਧੰਨਵਾਦ ਹੈ ਇਹਨਾਂ ਵੀਰਾਂ ਦੇ ਵੱਲੋਂ ਵੀ ਬਹੁਤ ਵੱਡੀ ਸਪੋਰਟ ਸਾਨੂੰ ਆਈ ਹੈ ਕੁਲਦੀਪ ਸਿੰਘ ਜੀ ਸਰਪੰਚ ਸਾਹਿਬ 3100 ਜਤਿੰਦਰਪਾਲ ਸਿੰਘ ਜੀ ਪੇਤੀ ਕਨੇਡਾ 6300 ਰੁਪਇਆ ਇਹਨਾਂ ਵੱਲੋਂ ਨਾਲ ਚਰਨਪ੍ਰੀਤ ਸਿੰਘ ਜੀ ਕਾਕਾ ਕਨੇਡਾ 5300 ਰੁਪਇਆ ਦੇ ਵੀਰ ਦੇ ਵੱਲੋਂ ਸੈਮ ਖਹਿਰਾ ਅਮਰੀਕਾ 5300 ਇਹਨਾਂ ਦੇ ਵੱਲੋਂ ਗੁਰਸੇਵ ਸਿੰਘ ਜੀ ਕਨੇਡਾ ਸਰ ਬੇਦ ਸਿੰਘ ਜੀ 5000 ਨਾਲ ਤਰਸੇਮ ਸਿੰਘ ਜੀ ਸਰ ਬਦਨ ਸਿੰਘ ਜੀ 5500 ਰੁਪਇਆ ਇਹਨਾਂ ਦੇ ਵੱਲੋਂ ਵੀ ਆਇਆ ਨਾਲ ਡਾਕਟਰ ਜਗਰੀਤ ਸਿੰਘ ਜੀ ਸਰਬ ਗੁਰਨਾਮ ਸਿੰਘ ਜੀ ਇਹਨਾਂ ਦੇ ਵੱਲੋਂ ਵੀ 5500 ਰੁਪਏ ਦੀ ਬਹੁਤ ਵੱਡੀ ਸਪੋਰਟ ਜਿਹੜੀ ਆਈ ਹੈ ਉਧਰ ਤਲਵੀਰ ਸਿੰਘ ਹੈਪੀ ਕਨੇਡਾ ਤੇ ਭਰਾ ਵੱਲੋਂ 5500 ਦੇ ਵੱਡੇ ਯੋਗਦਾਨ ਜਿਹੜੇ ਆਏ ਹੈ ਇਹਨਾਂ ਵੀਰਾਂ ਨੇ ਆਪਣੇ ਦਸਾਂ ਦਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਬਹੁਤ ਵੱਡੇ ਯੋਗਦਾਨ ਜਿਹੜੇ ਦਿੱਤੇ ਹੈ ਉਧਰ ਹਰਭਜਨ ਸਿੰਘ ਜੀ ਕਨੇਡਾ ਇਹਨਾਂ ਦੇ ਵੱਲੋਂ 1000 ਜਸਵਿੰਦਰ ਸਿੰਘ ਜੀ ਗਿੱਲ 2100 ਨਾਲ ਦਵਿੰਦਰ ਸਿੰਘ ਜੀ ਇਹਨਾਂ ਦੇ ਵੱਲੋਂ 2000 ਰੁਪਇਆ ਔਰ ਨਾਲ ਸਤਨਾਮ ਸਿੰਘ ਜੀ ਸਨ ਸੁਖਦੇਵ ਸਿੰਘ ਜੀ ਇਹਨਾਂ ਦੇ ਵੱਲੋਂ 2100 ਰੁਪਏ ਦੀ ਬਹੁਤ ਵੱਡੀ ਸਪੋਰਟ ਜਿਹੜੀ ਆਈ ਹੈ ਬਹੁਤ ਵੱਡਾ ਧੰਨਵਾਦ ਕਿ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਮਾਂ ਦਾ ਪੁੱਤ ਕਮਾਇਆ ਉੱਥੇ ਸਾਡੇ ਕਰਤਾਰ ਸਿੰਘ ਜੀ ਆਰਪੀਆ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਨਾਰਵੇ ਪੁੱਤਰ ਭਾਈ ਰਾਜੂ ਕਨੇਡਾ ਵੱਲੋਂ 55000 ਰੁਪਏ ਦੇ ਮੂੰਹ ਭਰਿਆ ਅੱਧਾ ਲੱਖ ਦਿੱਤਾ ਔਰ ਕਦੇ ਗੱਲਾਂ ਹੁੰਦੀਆਂ ਹਨ ਤੇ ਸਾਡੇ ਭਰਾ ਗਿਆ ਵੀਰਾਂ ਨੇ ਦਿਲ ਖੋਲ ਕੇ ਦਾਨ ਦਿੱਤੇ ਆ ਵੱਡੇ ਕਹਿੰਦੇ ਦਿਲਾ ਭਰਾਵੋ ਜਿਹਦੇ ਜਿਗਰਾ ਹੈ ਨੀ ਤਾਂ ਕੀ ਕਰਦੇ ਜਿਸਮ ਹੱਥੋਂ ਦੇ ਖੱਤੇ ਉਹ ਕਾਮਯਾਬ ਨਹੀਂ ਹੁੰਦੇ ਬਈ ਜਿਹੜੇ ਕਿਹੜੇ ਲਾਉਂਦੇ ਰਹਿੰਦੇ ਤੇ ਕਾਗਜ਼ ਵੀ ਖੁਦ ਨਹੀਂ ਫਟਦਾ ਲਿਖ ਲਿਖ ਕੇ ਉਸ ਨੂੰ ਫਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਆਓ ਮਨ ਨੂੰ ਮਾਰਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਮਨ ਨੂੰ ਮਾਰਨਾ ਪੈਂਦਾ ਏ ਬਾਕੀ ਵੱਡੀ ਮਿਹਨਤ ਵੱਡੀ ਤਪੱਸਿਆ ਕਰਨੀ ਪੈਂਦੀ ਹੈ ਕਹਿੰਦੇ ਨਾ ਚੱਲਦਾ ਨਾ ਮੈਦਾਨਾਂ ਦੇ ਵਿੱਚ ਸਲਾਮਾ ਕਰਦੀ ਹੈ ਦਮਰਾਜ ਬੱਲੀ ਕਨੇਡਾ ਪੂੜੀਆਂ ਵਾਲਾ ਸਾਡਾ ਬਾਈ ਬਣੀ ਦੀਆਂ ਸੱਤ ਬਾਲਾ ਭਰਾ ਸਾਡਾ ਕਹਿੰਦਾ 11000 ਰੁਪਈਆ ਹੋਣਗੀਆਂ ਬਣੀ ਦੀਆਂ ਸੱਤ ਬਾਲਾ ਭਾਈ ਸਾਡਾ ਕਹਿੰਦਾ ਵੀ 11000 ਰੁਪਈਆ ਹੋਣਗੀਆਂ ਇੱਧਰ ਧਨੂਰ ਵਾਲੇ ਭਰਾ ਸਾਡੇ ਸਰੀਰ ਹੋਣੀ ਆ ਇੱਧਰ ਵਰਗੇ ਪਹੁੰਚੇ ਆ ਉੱਥੋਂ ਦੇ ਪਿਆਰ ਸਤਿਕਾਰ ਹੈ ਇਹਨਾਂ ਪਿੰਡਾਂ ਦੇ ਵਿੱਚ ਮੇਰੇ ਮਿੱਤਰੋ ਕਹਿੰਦੇ ਵੱਡੀ ਗੱਲਬਾਤ ਭਰਾਵਾਂ ਦੀ ਆ ਧਨੂਰ ਪਿੰਡ ਕਹਿੰਦੇ ਜ਼ਿਲ੍ਹੇ ਸਰਸੋਂ ਦਾ ਬੜਾ ਪ੍ਰਸਿੱਧ ਜਿਹਾ ਪਿੰਡ ਹੈ ਸੰਤ ਬਾਬਾ ਬੁਢਾਵਾ ਸਿੰਘ ਜੀ ਮਹਾਰਾਜ ਬੜੀ ਕਹਿੰਦੇ ਆਪਣਾ ਪਾਰ ਕਿਰਪਾ ਦੇ ਵੀ ਸੰਤਾਂ ਮਹਾਂਪੁਰਸ਼ਾਂ ਵੀ ਹੈ
ਹਰ ਸਾਲ ਜਿਹੜੀਆਂ 5 ਦਸੰਬਰ ਨੂੰ ਵੱਡੀਆਂ ਰੌਣਕਾਂ ਲੱਗਦੀਆਂ ਨੇ, ਪਰ ਜਿਹੜਾ ਸਾਥੋਂ ਚੰਦਰ ਦੂਰ ਹੋ ਗਿਆ ਨਾ ਤੇ ਉਹਦਾ ਵਿਛੋੜਾ ਵੀ ਉਹ ਝੱਲਿਆ ਜਾਣਾ ਵੀ ਲਾਲ ਖਾਤਰ ਲੋਕ ਵਜਾਉਂਦੇ ਘਰ ਦੀ ਧਰਤੀ ਪਈ ਹੈ ਤੇ ਮੇਡ ਇਨ ਚਾਈਨਾ ਵਾਂਗੂ ਕਿਸੇ ਦੀ ਕੋਈ ਗਰੰਟੀ ਨਹੀਂ ਹੈ। ਉਹ ਝੂਠ ਦੀ ਮੰਡੀ ਹੈ, ਰੋਜ਼ ਵਪਾਰੀ ਹੋ ਹੋ ਲੱਗ ਜਾਂਦਾ ਤੇ ਢਿੱਲਵਾਂ ਰੀੜ ਦੀ ਹੱਡੀ ਟੁੱਟ ਗਏ। ਜਦ ਕੋਈ ਆਪਣਾ ਛੱਡ ਜਾਂਦਾ ਢਿੱਲਵਾਂ ਰੀੜ ਦੀ ਹੱਡੀ ਟੁੱਟ ਗਏ, ਜਦ ਕੋਈ ਆਪਣਾ ਛੱਡ ਜਾਂਦਾ ਸਾਡਾ ਚੰਦਰ ਸਾਥੋਂ ਦੂਰ ਹੋਇਆ। ਪਰ ਇਹ ਭਰਾ ਸਾਡੇ ਕਹਿੰਦੇ ਵੀ ਆਪਾਂ ਉਹਦੀਆਂ ਯਾਦਾਂ ਸਾਂਭ ਕੇ ਰੱਖਾਂਗੇ, ਉਹਦੀ ਯਾਦ ਚ ਹੁਣ ਆਪਾਂ ਮੇਲਾ ਉਹਦੀ ਸਰੀਰ ਕਰਵਾਉਣਾ ਜ਼ਰੂਰ ਆ ਗਿਆ ਵੀਰ, ਆਪਾਂ ਉਹਦੀਆਂ ਯਾਦਾਂ ਨੂੰ ਸਾਂਭ ਕੇ ਰੱਖਾਂਗੇ ਜਿੰਨਾ ਉਹ ਖੇਡਾਂ ਨਾਲ ਜੁੜਿਆ ਸੀ ਤੇ ਆਪਾਂ ਉਹ ਤੋਂ ਵੱਧ ਖੇਡਾਂ ਦੇ ਨਾਲ ਜੁੜ ਕੇ ਉਹਦੀਆਂ ਯਾਦਾਂ ਨੂੰ ਔਰ ਪਿਆਰ ਹੋਰ ਸਤਿਕਾਰ ਦੇਣਾ ਹੈ। ਬਹੁਤ ਵੱਡਾ ਧੰਨਵਾਦ ਵੱਡੀ ਹਾਜ਼ਰੀ ਭਰਾਵਾਂ ਦੀ ਹੈ। ਮੈਂ ਵੀ ਸਜਦਾ ਕਿਹਾ ਬਾਰੇ ਨੰਬਰ ਦੱਸੀ ਬੰਦੇ ਬਾਈ ਸੁਖਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਖਾਲਸਾ ਜੀ ਨੇ ਔਰ ਅਕਸਰ ਖੇਡ ਮੇਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸੰਬਰ ਚੱਪੇ ਦੇ ਨਾਲ ਜਿਹੜੀ ਗਰਾਊਂਡਾਂ ਦੀ ਸੇਵਾ ਕਰਦੇ ਆ, ਪਰ ਅੱਜ ਪਿੰਡ ਦਾ ਮੇਲਾ ਕਰਕੇ ਉਹਨਾਂ ਨੇ ਵੀ ਮੇਰੇ ਮਿੱਤਰੋ ਜਿਵੇਂ ਕਹਿ ਦਈਏ ਵੀ ਪੂਰੀ ਸਖ਼ਤ ਡਿਊਟੀ ਨਿਭਾਈ ਹੈ, ਸੁਬਹ ਤੋਂ ਲੈ ਕੇ ਗਰਾਊਂਡ ਦੇ ਵਿੱਚ ਹੀ ਹੈ। ਬਹੁਤ ਮੈਂ ਵੱਡਾ ਧੰਨਵਾਦ ਕਰਦਾ, ਇੱਥੋਂ ਪਤਾ ਲੱਗਦਾ ਵੀ ਕਿੰਨੇ ਗਰਾਊਂਡਾਂ ਦੇ ਨਾਲ ਜੁੜੇ ਹੋਏ ਇਨਸਾਨ ਸਰਕਾਰ ਦੇ ਜੋ ਖਾਲਸਾ ਜੀ ਅਕਸਰ ਗਰਾਊਂਡਾਂ ਦੇ ਵਿੱਚ ਜਿਹੜੇ ਸੇਵਾ ਕਰਦੇ ਨਜ਼ਰ ਆਉਂਦੇ ਆ, ਕਿਸੇ ਪਿੰਡ ਦਾ ਮਾਣ ਨਹੀਂ, ਵੱਡਾ ਧੰਨਵਾਦ ਹੈ। ਹੱਥ ਮਾਰੋ ਬਹੁਤ ਸੋਹਣਾ। ਮੈਂ ਸੁਖਵਿੰਦਰ ਗਿਆਨੀ ਗਿੱਦੜ ਵੰਡੀ ਵਾਲਾ ਸੱਬਰ ਕੱਤੇ ਦੀ ਸੇਵਾ ਕਰਦਾ ਹੈ ਪੰਜਾਬ ਦੇ ਵੱਡੇ ਵੱਡੇ ਮੇਲੇ ਗੱਡੀਆਂ ਚ ਗੱਡੀਆਂ ਬੱਜੀਆਂ ਮਿਲੋਣੀ ਬਾਲ ਵੇਖ ਕੇ, ਬਾਲ ਵੇਖ ਕੇ ਕਹਿੰਦੇ ਗੱਡੀਆਂ ਚ ਗੱਡੀਆਂ ਬੱਜਦੀਆਂ। ਉਧਰ ਬਲਰਾਜ ਬੱਲੀ ਕਰੇ ਦਾ ਪੂਣੀ ਵਾਲਾ ਸਾਡਾ ਬਾਈ 11,000 ਉਹ ਬੋਲੀਆਂ ਤੇ ਰਾਜਵਿੰਦਰ ਪੱਲ ਸਾਡਾ ਭਰਾ ਕਹਿੰਦਾ ਵੀ 11,000 ਰੁਪਇਆ ਆਪਣਾ ਐਡ ਕਰ ਦੋ। ਰਿਕਾਰਡ ਬਣ ਜੂਗਾ ਪਾਸੀਆਂ ਵਾਲਿਆ, ਉਹ ਪਾਲਾ ਜੇ 7 ਕਰਾਸ ਕਰ ਗਿਆ ਤੇ ਰਿਕਾਰਡ ਬਣ ਜਾਣਾ, ਉਹ ਕਦੇ 22,000 ਲੱਗਿਆ ਹੋਇਆ। ਮਾਣ ਸਨਮਾਨ ਵੱਡੇ ਆ ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਚਿੰਤ ਚਾਹ ਪੜਾਕੇ ਪਈ ਤੁਰੇ ਆਉਂਦੇ ਹੈ, ਕਾਮੂ ਜੋਈ ਵਾਲਾ ਬਿੱਕੀ ਹੱਸਦਾ ਹੈ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਕੋਈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਮਾਮੂ ਜੋਈ ਵਾਲਾ ਕਹਿੰਦੇ ਹੱਸਦਾ ਹੈ, ਤਕੜਾ ਮੁਕਾਬਲਾ ਖੇਡਿਆ ਜਾ ਰਿਹਾ, ਬਹੁਤ ਪਿੰਡਾਂ ਕਹਿੰਦੇ ਚਿੱਟਾ ਵਾਲਾ ਖੇਡ ਮੈਦਾਨ ਦੇ ਵਿੱਚ ਤਕੜੀ ਟੱਕਰ ਖੇਡੀ ਜਾ ਰਹੀ ਹੈ, ਖੇਡ ਖੇਡ ਰਹੀ ਹੈ, ਬੜਾ ਕੀਮਤੀ ਹੈ, ਨਾਗਾ ਫੜਦੇ ਆਉਂਦੀ ਜਾਂਦੀ। ਉਹ ਲਾਹੌਰ ਸਿੰਘ ਬਰਾੜ ਦਾ ਪੁੱਤਰ ਕਹਿੰਦੇ ਬੱਲੇ ਬੱਲੇ ਕਰਾ ਰਿਹਾ, ਮੁੰਡਾ ਪੁਰਾਣਾ ਮੈਂ
ਗੱਲਾਂ ਕਹਿੰਦੇ ਲਾਹੌਰ ਸਿੰਘ ਬਰਾੜ ਦੀਆਂ ਆਉਂਦੀਆਂ ਹੈ। ਇਹ ਹੈ ਜਸਕਰਨ ਸਿੰਘ ਜੱਸੂ ਨੱਥੂ ਵਾਲਾ ਕਰਮੀ ਦਾ ਪੱਲੋ ਦੇ ਗੋਪੇ ਦੇ ਨਾਲ ਜੋੜੀ ਬੜੀ ਪ੍ਰਸਿੱਧ ਰਹੀ ਹੈ। ਪਹਿਲੇ ਸਮੇਂ ਦੇ ਵਿੱਚ ਕਹਿੰਦੇ ਪੱਪੂ ਵਰਗੇ ਪੱਲੂ ਵਰਗੇ ਖੇਡੇ ਭਾਊ ਵਰਗੇ ਆਓ ਸਾਹਮਣੇ ਅੱਜ ਇਹਨਾਂ ਮੁੰਡਿਆਂ ਦੀ ਚਰਚਾ ਹੈ। ਲਓ ਸਫਲਤਾ ਕਹਿੰਦੇ ਫਿਰ ਜੁੜਦੀ ਹੈ ਬੈਂਡ ਦੱਸੋ ਬਈ ਬੈਂਡ ਜੱਸੀ ਪੰਦਰਾਂ ਤੇ ਅੱਠ ਦਾ ਮੁਕਾਬਲਾ ਹੈ। ਬਹੁਤ ਸੋਹਣਾ ਮੈਚ ਉਧਰ ਕੋਕਰੀ ਵਟਰਾਣੀ ਕਹਿੰਦੇ ਰਵੀ ਵਰਗੇ ਆਏ ਹੈ। ਇਹਨਾਂ ਨੇ ਦੋ ਦਿਨਾਂ ਚ ਦੋ ਮੋਟਰਸਾਈਕਲ ਜਿੱਤ ਲਏ ਹੈ। ਖੁੱਤਾਂ ਦੀਆਂ ਦੌੜਾਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ ਕੋਕਰੀ ਵਾਲੇ ਜੱਸੀ ਦਾ। ਕ੍ਰਿਕਟ ਦਾ ਟੂਰਨਾਮੈਂਟ ਹੈ ਕੋਕਰੀ ਵਟਰਾਂ ਦੇ ਵਿੱਚ ਉਹਦੇ ਕੱਪ ਦੇ ਨਾਲ ਮੁੰਡੇ ਦਾ ਮਾਣ ਕਰਦਿਆਂਗੇ ਮਾਣ ਕਰਦਿਆਂ ਕਹਿੰਦੇ ਕੋਕਰੀ ਵਟਰਾਣੇ ਆਓ ਵੱਡਿਆਂ ਨੇ ਜੱਸੀ ਦੇ ਮਾਣ ਹੋਣਗੇ। ਇਕਬਾਲ ਖੰਘੋੜਾ ਬਾਬਾ ਧੰਨਵਾਦ ਆਓ ਬੱਲੇ ਮੁੰਡਿਓ ਭਨਿਆਰੀ ਖੰਜਰਵਾਲਾ ਬੱਲੇ 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 ਹੈਂਡ ਧੁੱਪੀ ਕੱਢੀ ਤੁਰਿਆਉਂਦਾ ਹੋ ਨਾਗਾ ਫਿੱਟ ਹੋ ਗਿਆ ਛੁੱਗਿਆ ਵਾਲਾ ਸਿਮ ਹੈ ਬਾਲ ਕੋਈ ਨੀ ਬਖਸਦਾ ਜਿਹਦੇ ਕੋਲੇ ਆ ਗਈ ਹੁਣੀ ਦਾੜ ਦਾੜ ਹੈ ਮਾਮੂ ਜੋਈ ਵਾਲਿਆ ਬਾਲ ਤੇ ਕੋਈ ਸਿਮੇ ਦੇ ਲਾਉਣੀ ਪੈਣੀ ਹੈ ਕੱਲ ਫੇਰ ਟਿਕਾਣੇ ਲੱਗਣੀ ਹੈ। ਇਹ ਹੈ ਬਿੱਕੀ ਮਾਮੂ ਜੋਈ ਵਾਲਾ ਹਰ ਗਲਤੀ ਕਰ ਗਿਆ ਹੈ। ਅੱਠ ਪੰਦਰਾਂ ਸੈਮੀਫਾਈਨਲ ਗਿੱਦੜਵਿੰਡੀ ਦਾ ਵੱਡਾ ਕੱਪ ਐਂ ਟੌਪ ਨੋਚ ਉਧਰ ਦਵਿੰਦਰ ਵੀ ਆ ਗਿਆ ਨਾਲ ਬਾਈ ਜੀ ਦੇਵ ਢਿੱਲੋਂ ਬੜਾ ਸਰੀ ਵਾਲੇ ਚੱਕਾ ਖੇਡਣ ਨਾਲ ਮੈਨੂੰ ਲੱਗਦਾ ਜਿਹੜਾ ਲੱਭਾ ਸੈਂਟਰ ਚ ਆ ਗਿਆ ਹੈ। ਉਧਰ ਕਹਿੰਦੇ ਕੋਕਰੀ ਬਟਰਾਂ ਦੇ ਕ੍ਰਿਕਟ ਦੇ ਟੂਰਨਾਮੈਂਟ ਤੇ ਉਭੇ ਦੀ ਟੀਮ ਦਾ ਵਿਸ਼ੇਸ਼ ਸਨਮਾਨ ਨਗਦ ਰਾਸ਼ੀ ਦੇ ਨਾਲ ਦੀਪ ਜਵੰਦਾ ਤੇ ਅਮਨ ਸਰਪੰਚ ਸਾਡਾ ਕੋਕਰੀ ਬਟਰਾਣਾ ਕਹਿੰਦੇ ਆਪਾਂ ਚੇਚੇ ਤੌਰ ਤੇ ਕਰਨਾ ਹੈ। ਉਭੇ ਦੀ ਕ੍ਰਿਕਟ ਟੀਮ ਦਾ ਸਨਮਾਨ ਕੋਕਰੀ ਬਟਰਾਂ ਦੇ ਕ੍ਰਿਕਟ ਕੱਪ ਤੇ ਨਗਦ ਨਾਲ ਵੱਡੇ ਪੱਧਰ ਤੇ ਕੀਤਾ ਜਾਣਾ ਹੈ। ਯਾਰੀ ਸਰਪੰਚ ਦੇ ਜਿੱਤ ਬਾਈ ਜਗਦੇਵ ਆ ਗਿਆ ਲਾਈਵ ਤੇ ਆਓ ਬਰਾੜਾ ਬਾਈ ਜਗਦੇਵ ਆ ਗਿਆ ਲਾਈਵ ਤੇ ਜਗਦੇਵ ਬਾਈ ਦੀਆਂ ਗੱਲਾਂ ਉਧਰ ਵੀ ਮੁੰਡਿਆਂ ਨੇ ਇੱਕ ਪਾਸਾ ਕਰਤਾ ਹੈ ਆਓ ਬੰਮ ਸਾਈਡ ਮੈਚ ਕਰਤਾ ਹੈ ਇੱਕ ਪਾਸੇ ਹੀ ਕਰ ਦਿੱਤਾ ਹੈ ਖੰਜਰ ਵਾਲੀਆਂ ਨੇ 11,000 ਲੱਗਿਆ ਹੋਇਆ ਹੈ ਰਾਜਪ੍ਰੀਤ ਜਰਮਨੀ ਤੇ ਨਾਲ ਮਨਪ੍ਰੀਤ ਹੈ ਜਰਮਨੀ ਵਾਲਾ ਆਓ ਜੱਟਾਂ ਦੇ ਦਿਲ ਵੱਡੇ ਹੈ ਅਮਨ ਸਰਪੰਚ ਅਰਗੇ ਦੀਪ ਜਵੰਦੇ ਅਰਗੇ ਕਹਿੰਦੇ ਵੀ 11,000 ਦੇਣਾ ਮੁੰਡਿਆਂ ਨੂੰ ਜੇ ਜੇਤੂ ਰਹਿੰਦੇ ਹੈ 11,000 ਦੇ ਨਾਲ ਮਾਣ ਹੋਣਗੇ ਨੰਬਰ ਥੋੜੇ ਹੀ ਬਾਕੀ ਰਹਿ ਗਏ ਹੈ ਪੰਦਰਾਂ ਖੰਦਰਾਲ ਅੱਠ ਭਨਿਆਰੀ
ਹੈਲੋ ਬਹੁਤ ਬਹੁਤ ਧੰਨਵਾਦ ਕਰਦਾ ਜੀ। ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ ਭਾਈ ਤਾਰੇ ਨੇ, ਫਿਰ ਵੀ ਬੇਨਤੀ ਹੈ ਵੀਰੇ ਔਰ ਜਿਹੜੇ ਆਪਣੇ ਗਰਾਊਂਡ ਚੱਲ ਰਿਹਾ ਜੀ, ਇਹਨਾਂ ਦੇ ਅੰਦਰ ਕੋਈ ਵੀ ਵੀਰ ਮੇਰਾ ਵੀਰ ਬਣ ਕੇ ਕਿਸੇ ਤਰ੍ਹਾਂ ਦਾ ਨਸ਼ਾ ਕਰਕੇ ਨਾ ਆਵੇ। ਬਹੁਤ ਬਹੁਤ ਧੰਨਵਾਦ ਹੈ। ਲੈ ਵੀ ਕਿੰਨੇ ਕਿੰਨੇ ਪੁਆਇੰਟ ਹੋ ਗਏ ਬੱਬੂ, ਨੰਬਰ ਵੀ ਜ਼ਰੂਰ ਦੱਸੀ ਮੇਰਾ ਬਾਈ, ਕਿੰਨੇ ਕਿੰਨੇ ਹੋ ਗਏ ਗਰਾਊਂਡ ਨੰਬਰ ਇੱਕ ਦੇ। ਇੱਕ ਪਾਸੇ ਫਿਰੋਜ਼ਾ ਦੀ ਡੀ ਟੀਮ ਔਰ ਨੱਥੂ ਵਾਲਾ ਗੰਭੀਰ ਪਿੰਡ ਕਹਿੰਦੇ ਬਾਕੀ ਪੁਰਾਣੇ ਦੀ ਬੁੱਕਲ ਚ ਵਸਿਆ ਹੋਇਆ ਪਿੰਡ ਹੈ, ਜਿਹੜੇ ਪਿੰਡ ਦੇ ਸਾਡੇ ਤਰਨਜੀਤ ਸਿੰਘ ਜੀ ਪੰਮੀ ਖਾਲਸਾ ਜੀ। ਉਧਰ ਰਵੀ ਆਇਆ ਫਲੈਂਡ ਕਹਿੰਦੇ ਕੁੱਤਾ ਭਜਦਾ ਮੁੰਡਿਆਂ ਦਾ, ਇਹਨੇ ਦੋ ਦਿਨਾਂ ਚ ਦੋ ਮੋਟਰਸਾਈਕਲ ਦਿੱਤੇ ਹੈ ਤੇ ਪਹਿਲ ਕੰਮ ਜਾ ਦਿੱਤਾ। ਦੁਨੀਆਂ ਕਹਿੰਦੀ ਵੀ ਆਹ ਕੀ ਕਰ ਦਿੱਤਾ ਪਿਤਰੀ ਵਟਰਾ। ਫਲੈਂਡ ਕੁੱਤਾ ਕਹਿੰਦੇ ਅੱਜ ਦੀ ਤਰੀਕ ਦੇ ਵਿੱਚ ਟੌਪ ਤੇ ਚੱਲਦਾ ਹੈ, ਦਿਨਾਂ ਦੇ ਵਿੱਚ ਕਹਿੰਦੇ ਦੋ ਮੋਟਰਸਾਈਕਲ ਹੈ, ਉਹ ਵੀ ਭਰਾ ਕਹਿੰਦੇ ਰਵੀ ਅਰਗੇ ਟੋਕਰੇ ਵਟਰਾ ਵਾਲੇ ਆਏ ਹੋਏ ਹੈ। ਦੇਖੇ ਤੁਹਾਡਾ ਧੰਨਵਾਦ ਹੈ, ਵੱਡਾ ਧੰਨਵਾਦ ਹੈ ਵੀਰੇ ਗੁਪਤਦਾਨ ਜਿਹੜਾ ਇਹਨਾਂ ਬੋਲਾਂ ਦੇ ਲਈ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਵੱਡਾ ਪਿਆਰ ਸਤਿਕਾਰ ਆਇਆ ਜੀ, ਸੱਚੇ ਪਾਤਸ਼ਾਹ ਪਰਮਾਤਮਾ ਸਾਰੇ ਭਰਾਵਾਂ ਨੂੰ ਤਰੱਕੀਆਂ ਬਖਸ਼ੇ। ਲੈ ਵੀ ਕਿੰਨੇ ਕਿੰਨੇ ਪੁਆਇੰਟ ਹੈ ਧੁੱਲੋ ਭਾਈ, ਗਰਾਊਂਡ ਨੰਬਰ ਦੋ ਦੇ ਵੀ ਦੋ ਦਰਜਾ ਦੇ ਗਾਲ ਵਾਲਾ ਉਹ ਪ੍ਰੀਤਾਂ ਵੀ ਪਹੁੰਚਿਆ ਹੋਇਆ, ਅੱਠ ਪੰਦਰਾਂ ਤੇ ਪੰਦਰਾਂ ਜਾਲ ਨਹੀਂ ਪੁੱਛਦਾ ਪਰ ਜਾਲ ਦਾ ਗੁੱਡੀ ਦਾ ਯਾਰ ਭਜਾਇਆ ਹੋਇਆ ਹੈ, ਜਾਲ ਲਾਈ ਤੱਕਦਾ ਹੈ। ਸਾਰੇ ਪਰਲੇ ਪਾਸੇ ਜਾਲ ਵਾਲਾ ਕਹਿੰਦੇ ਪ੍ਰੀਤ ਵੀ ਮੇਰੇ ਮਿੱਤਰੋ ਅੱਜ ਦੇ ਸਿੱਖੇ ਟੂਰਨਾਮੈਂਟ ਕਹਿੰਦੇ ਚੌਥੇ ਦਰ ਤੇ ਪਹੁੰਚਿਆ ਭਰਾ ਸਾਡੇ ਉੱਦਮ ਹੋਣੀ ਨਾਲ ਕਹਿੰਦੇ ਗੱਲਬਾਤ ਉਹ ਪ੍ਰੀਤ ਦੀ ਵੀ ਵੱਖਰੀ ਹੈ ਵੀ ਪਹਿਣੀ ਉੱਠਣੀ ਜਿਹਦੀ ਅੱਜ ਕੱਲ ਵੱਡਿਆ ਵਿੱਚ ਸਟਾਰਾਂ ਦੇ ਪਿੰਡ ਕਾਲਬ ਪ੍ਰੀਤ ਦੀ ਚਰਚਾ ਵਿੱਚ ਟੀਵੀ ਅਖਬਾਰਾਂ ਦੇ ਤੇ ਸਿਹਤ ਚਾਰ ਤੱਕ ਜਿਹਦੀ ਵੱਡੇ ਬੰਦੀਆਂ ਦੇ ਸੀਨੇ ਉੱਠਦੇ ਨੇ ਹਾਲ ਦੇ ਕਈ ਤਾਂ ਖੁਸ਼ ਨੇ ਤੇ ਕਈ ਵਿੱਚੋਂ ਵਿੱਚ ਸੜਦੇ ਆ, ਵਜ੍ਹਾ ਨਾਲ ਭੰਡਾਰੇ ਦਾ ਰਣਜੀਤ ਗਾਉਂਦੇ ਆ। ਕਈ ਤਾਂ ਖੁਸ਼ ਨੇ ਤੇ ਕਈ ਵਿੱਚੋਂ ਵਿੱਚ ਸੜਦੇ ਆ, ਵਜ੍ਹਾ ਨਾਲ ਬੰਦਾ ਰਹਿੰਦਾ ਰਣਜੀਤ ਗਾਉਂਦੇ। ਧਰਤੀ ਕਹਿੰਦੇ ਭੂਆ ਭੂਆ ਕਰਦੀ ਹੈ, ਗਾਲ ਵਾਲਾ ਆਇਆ ਹੋਇਆ ਕਹਿੰਦੇ ਸਾਉਣ ਵਾਲਾ ਇਹਦੇ ਸੈੱਲ ਡਾਊਨ ਹੋ ਗਏ ਹੈ ਤੇ ਭਰਾਵਾਂ ਦਾ ਕਰਦੀ ਚੇਂਜ, ਸਾਉਣ ਵਾਲਾ ਵੀ ਸਾਡਾ ਬੜੀ ਪਿਆਰੀ ਸਾਉਂਡ ਹੈ ਤੇ ਸੈੱਲ ਦੇ ਜ਼ਰੂਰ ਚੇਂਜ ਕਰਦੀ। ਪਿਛਲੇ ਪਾਸੇ ਬੇਅੰਤ ਖਹਿਰਾ ਜੀ, ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਅੱਜ ਮੈਂ ਪਿੰਡੇ ਕੱਪ ਦੇ ਲਈ ਹੈ। ਯਾਰੀ ਹੈ ਕਹਿੰਦੇ ਪਿਆਰ ਹੈ ਮੇਰੇ ਮਿੱਤਰੋ ਗੋਲਡੀ ਹੋਣਾ ਦੇ ਨਾਲ, ਗੋਪੀ ਹੋਣਾ ਦੇ ਨਾਲ ਯਾਰੀ ਹੈ ਕਹਿੰਦੇ ਫੱਟੇ ਫੁੱਟੇ ਕੁੱਲ ਵਰਗੀ ਹੈ, ਉਹਨਾਂ ਜਦੋਂ ਵੀ ਕੋਈ ਲੋੜ ਪਈ ਆ ਤੇ ਭਰਾਵਾਂ ਨੇ ਕਦੇ ਮੱਥੇ ਵੱਟ ਨਹੀਂ ਪਾਇਆ, ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਇਨਸਾਨਾਂ ਦੇ ਵਿੱਚ ਏਕਾ ਬਾਈ ਸਾਡਾ ਬੇਅੰਤ ਵੱਡਾ ਧੰਨਵਾਦ ਸਾਡੇ ਵੱਡੇ ਭਰਾ ਦਾ।
ਬਾਲੀ ਉਧਰ ਬਾਈ ਗੁਰਦੇਵ ਢਿੱਲੋਂ ਭਰਾ ਕਨੇਡਾ ਉਹ ਵੀ ਸਾਡੇ ਵੀਰ ਲਾਈ ਤੇ ਨਹੀਂ ਵੱਡਾ ਧੰਨਵਾਦ ਗੁਰਦੇਵ ਢਿੱਲੋਂ ਜੀ ਭਰਾ ਸਕੋਰ ਜੀ 65 ਜੱਸੀ ਜੱਸੀ ਧਾਲੀਵਾਲ ਬੋਲੀ ਬਾਈ ਪੁਆਇੰਟ 15-8 ਚੇਂਜ ਹੈ ਵੀਰੇ ਸਰਵਿਸ ਖੰਜਰਾਲ ਦੀ ਉਧਰ 15 ਇਧਰ 8 ਬਾਲੀ ਪਰ ਬਹੁਤ ਵੱਡੀ ਹਾਜ਼ਰੀ ਹੈ ਦੀ ਬਾਲ ਸਾਡੇ ਜਗਦੇਵ ਸਿੰਘ ਜੀ ਸਰਕਲ ਪ੍ਰਧਾਨ ਬਾਲ ਸਾਡੇ ਕੋਲ ਸਰਦੀ ਸਿੰਘ ਸੰਮੀ ਵੱਡਾ ਧੰਨਵਾਦ ਬਾਈ ਸਾਡੇ ਹੱਥੇ ਵਰਗੇ ਰੱਜ ਹੋਣੀ ਰੱਜ ਕਨੇਡਾ 15-8 ਜੀ ਉਧਰ 15 ਇਧਰ 8 ਬਾਈ ਦੀਪਾ ਖੰਜਰਾਲ ਦੇ 15 ਵੀਰ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ ਬਹੁਤ ਵੱਡੀ ਹਾਜ਼ਰੀ ਅੱਜ ਦੇ ਬੰਦੇ ਜੱਪ ਦੇ ਵਿੱਚ ਸਾਰਾ ਭਰ ਰਹੀ ਹੈ 8-15 ਜੀ ਉਧਰਲੇ ਪਾਸੇ ਪੜ ਗਿਆ ਫਰੋਜ਼ਾ ਦੀ ਬੀ ਟੀਮ ਜਿੱਤ ਗਈ ਰਹੀ ਇਧਰੋਂ ਇਧਰਲੇ ਪਾਸੇ ਹੌਲੀ ਹੌਲੀ ਕਰਕੇ ਮੁੰਡੇ ਨੇੜੇ ਨੇੜੇ ਲੱਗਦੇ ਜਾਂਦੇ ਨੇ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ ਅੱਜ ਦੇ ਦਿਨ ਦਾ ਇਸ ਤੋਂ ਬਾਅਦ ਆਹ ਪਹਿਲਾ ਸੈਮੀ ਆ ਜੀ ਇਸ ਤੋਂ ਬਾਅਦ ਸੈਕਿੰਡ ਸੈਮੀ ਫੇਰ ਫਾਈਨਲ ਦੀਆਂ ਗੱਲਾਂ ਭੱਲੇ ਇੰਨਾ ਨਾ ਵੱਡੇ ਬਾਈ ਯਾਰ ਛੋਟੇ ਵੀਰ ਇੰਨਾ ਭਾਰ ਨਹੀਂ ਚੜਾਇਆ ਠੀਕ ਹੈ ਮੇਰਾ ਵੀਰ ਸੋਹਣਾ ਇੰਨਾ ਭਾਰ ਨਹੀਂ ਚੜਾਉਣਾ ਮੰਨੀ ਮੰਨਿਆ ਕਰ ਹੋਰ ਵਧੀਆ ਭਰਾ ਆਪਾਂ ਹੋਰ ਬੜਾ ਚਾਹ ਚੜ੍ਹ ਜਾਂਦਾ ਸਾਨੂੰ ਤਾਂ ਜਦੋਂ ਤੁਸੀਂ ਆ ਜਾਂਦੇ ਸੰਧੂ ਸਾਹਿਬ ਉਹ ਸਾਨੂੰ ਚਾਹ ਚੜ੍ਹ ਜਾਂਦਾ ਜੱਟਾ ਕਦੇ ਪੰਜ ਗਰਾਈਆਂ ਵਾਲਾ ਜੱਟ ਆ ਜਾਂਦਾ ਜਦੋਂ ਠੀਕ ਹੈ ਓਕੇ ਬਹੁਤ ਬਹੁਤ ਧੰਨਵਾਦ ਬਾਈ ਰਾਤਾ ਖੇੜਾ ਜੀ ਬਾਈ ਦੱਸੋ ਜੀ ਧੰਨਵਾਦ ਕਿੱਥੇ ਕਿਤੇ ਖੜੀ ਆ ਦੀ ਗੱਲ ਬੜਾ ਚੋਟੀ ਦਾ ਮੈਚ ਆ ਪੱਲੇ ਪਿੰਦਰ ਖੰਜਰ ਵਾਲੀ ਆ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਕਮਾਲ ਕਰਦਾ ਹੋਇਆ ਲੀਡਾਂ ਖਿੱਚਦੀਆਂ ਸਿਕੰਦਰ ਵੀ ਤੇ ਅੱਤ ਕਰਾ ਗਿਆ ਪੋਰਸ ਰਾਜ ਹੋਇਆ ਨੀ ਕਿਸੇ ਤੋਂ ਮਹਾਂਪੁਰਜੀਤ ਵਰਗਾ ਤੇ ਪੜਿਆ ਨੇ ਉੱਠਿਆ ਨੀ ਵੀ ਪੰਜ ਹਰਜੀਤ ਵਰਗਾ ਕਹਿੰਦੇ ਇਹਦੇ ਨਾਮ ਹੀ ਆ ਹਜ਼ਾਰ ਮੀਲ ਤੇ ਅਫਗਾਨੀ ਅੱਜ ਵੀ ਥਰ ਥਰ ਕਰਦੇ ਆ ਨਾਮ ਸੁਣ ਕੇ ਹਰੀ ਸਿੰਘ ਕਲੂਏ ਸਰਦਾਰ ਦਾ ਤੇ ਉਦੋਂ 53 ਫੁੱਟਾਂ ਕੀ ਪੈਕ ਲੱਗਣਾ ਪੈਂਤੀ ਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਪਜਾਮਾ ਨਜ਼ਾਰਾ ਦਿੱਤਾ ਨੀ ਕਿਸੇ ਨੇ ਥਾਰਾਂ ਦੇ ਖੇਰ ਵਰਗਾ ਤੇ ਰਫਲਾਂ ਦੇ ਬੜਿਆ ਪਾਪਿਆਂ ਕੋਲ ਰੰਡੇ ਵਾਲੇ ਦਾ ਕਬਜਾ ਹੈ ਨੀ ਕਿਸੇ ਦਾ
ਨਜ਼ਾਰਾ ਵੱਜਿਆ ਪਿਆ ਅੱਜ ਕਦੇ ਕਿੱਦਰਗੰਡੀ ਦੀ ਧਰਤੀ ਹੈ। ਮੈਂ ਵੀ ਦੱਸੀ ਨੰਬਰ ਦੱਸ ਸੋਨਿਆ ਦੀ ਰਾਹ ਕਿਵੇਂ ਕਿਵੇਂ ਹੋ ਗਏ ਚੱਲਦੇ ਮੈਚ ਦੇ 17-8 ਹੋ ਗਏ 17-8 ਉਧਰ ਸਾਡੇ ਭਰਾ ਉਧਮ ਹਰੀ ਸਰੀਨ ਹੋਰੀ ਹਰਿਆਣੇ ਵਾਲੇ ਯਾਰ ਆਏ ਹੋਏ ਆ। ਆਹ ਸਿੱਕਾ ਚੱਲਦਾ ਜੱਟਾਂ ਦਾ ਸਰੀਨ ਹੋਰਾਂ ਦਾ ਉਧਮ ਹਰੀ ਐਂਡ ਬੰਦੇ ਜਵਾਨ ਨਾਲ ਭਾਈ ਸੁਖਦੀਪ ਸਿੰਘ ਜੀ ਦੀਪਾ ਔਰ ਗੁਰਪ੍ਰੀਤ ਸਿੰਘ ਜੀ ਬੂਟਾ ਔਰ ਇਹਨਾਂ ਭਰਾਵਾਂ ਦੇ ਵੱਲੋਂ ਵੀ ਸਾਨੂੰ 400-400 ਰੁਪਏ ਦੀ ਬੜੀ ਵੱਡੀ ਸਹਾਇਤਾ ਜਿਹੜੀ ਆਈ ਹੈ ਪਿਆਰ ਆ ਸਾਡੇ ਭਰਾ ਫਤਿਹ ਉਹਨਾਂ ਦੇ ਨਾਲ ਮੈਂ ਤੇ ਦਿਲੋਂ ਧੰਨਵਾਦ ਕਰਾਂਗਾ ਯਾਰੀ ਹੈ ਮੈਨੂੰ ਲੱਗਿਆ ਸਤਾਰਾਂ ਜਿਵੇਂ ਧਨੂਰ ਵਾਲੇ ਆ ਉਦੋਂ ਵੀ ਆਇਆ ਹੋਇਆ ਤੇ ਨਾਲ ਕਹਿੰਦੇ ਸਰੀਰ ਵੀ ਪੁੱਜਿਆ ਹੋਇਆ ਹੈ ਫਿਰ ਵਾਲੀ ਵਾਂਗੂ ਭਰਾ ਸਾਡੇ ਬੜਾ ਮੋਹੀ ਪਿਆਰ ਕਰਦੇ ਨੇ ਧਨੂਰ ਵਾਲੇ ਤਾਂ ਧਨੂਰ ਵਾਲੇ ਹੀ ਆ ਫਿਰ ਓ ਦਿਲਸ਼ਾਦ ਧਨੂਰ ਵਾਲੇ ਤਾਂ ਧਨੂਰ ਵਾਲੇ ਹੀ ਆ ਕੱਢ ਦਿੰਦੇ ਚੱਕਿਆਂ ਚੋਂ ਅੱਗ ਆਈ ਤੇ ਆਏ ਸਰਾ ਯਾਰ ਉਨੀਆਂ ਦੀ ਫਿਰ ਗੇਮ ਉਨੀਆਂ ਦੀ ਹਨੀ ਰਮੇਸ਼ ਕੁਮਾਰ 16-8 ਜੀ 16-8 ਓ ਖੰਜਰ ਵਾਲੀ ਆ ਪਿੰਦਰ ਦਾਲੀ ਉੱਧਰ ਸਾਡੇ ਬਹੁਤ ਹੀ ਸਰਕਾਰ ਜੋਗ ਨੇ ਸਰਦਾਰ ਲਖਵੀਰ ਸਿੰਘ ਜੀ ਲੱਕੀ ਪੁਲਸੀਆ ਦੀ ਜਿਨ੍ਹਾਂ ਨੇ ਆਪ ਵੀ ਬਹੁਤ ਤਗੜੀ ਵਾਲੀਬਾਲ ਖੇਡੀ ਹੈ ਚੱਕਾਂ ਵਾਲੇ ਹੌਲਦਾਰ ਹੋਣਾਂ ਦੇ ਨਾਲ ਕਦੇ ਜੋੜੀ ਫਿੱਟ ਰਹੀ ਹੈ ਉਹ ਵੀ ਮੈਚਾਂ ਦਾ ਆਨੰਦ ਪਏ ਮਾਣਦੇ ਨੇ ਔਰ ਲੱਕੀ ਸਾਡਾ ਵੱਡਾ ਭਰਾ ਖੇਡਾ ਪੰਜਾਬ ਪੁਲਿਸ ਵਾਲਾ ਕੀ ਪਿੱਤਰ ਦੇ ਹਰ ਇੱਕ ਟੱਪੇ ਦਾ ਸਨਮਾਨ ਆਪਾਂ 500-500 ਦੇ ਨਾਲ ਕਰਨਾ ਹੈ ਕੀ ਪਿੱਤਰ ਦੇ ਹਰ ਇੱਕ ਟੱਪੇ ਦਾ ਜਿਹੜਾ ਮਾਣ ਸਨਮਾਨ ਆਪਾਂ ਉਹ 500-500 ਦੀ ਨਗਦ ਰਾਸ਼ੀ ਜਿਹੜਾ ਕਰਾਂਗੇ ਕੀ ਨੋਟਾਂ ਤੋਂ ਮਹਿੰਗੀ ਟੀਮ ਜਿਹੜੀ ਹੈ ਉਹ ਜਿੱਤ ਜਾਣ ਤੇਰੇ ਤੋਂ ਵਾਰਾਂਗੇ ਇੱਧਰ ਭਨਿਆਰੀ ਵਾਲੇ ਫਿੱਟਾ ਪੂਰੇ ਹਜੇ ਪਤਾ ਕੋਈ ਨੀ ਜਿੱਤਣਾ ਕਿਹਨੇ ਆ ਲੀਡ ਤੇ ਟੀਮ ਖੰਦਰਵਾਲ ਇੱਧਰ ਭਨਿਆਰੀ ਵਾਲੇ ਸਤਾਰਾਂ ਅੱਠ ਕੇ 16 ਕਿਵੇਂ ਆ ਰਣਦੀਪੇ ਉਹ ਕੋਕਰੀ ਬੁੱਟਣ ਵਾਲੇ ਜੱਟ ਆਏ ਹੋਏ ਯਾਰ ਸਾਡੇ ਰਣਦੀਪ ਹੋਰੀ ਯਾਰਾਂ ਦੇ ਯਾਰ ਆ ਯਾਰ ਕੋਕਰੀ ਬੁੱਟਣ ਵਾਲੇ ਘੈਂਟ ਬੰਦੇ ਆਹੋ ਘੈਂਟ ਬੰਦੇ ਪਾਵਾਂਗੇ ਪਾਵਾਂਗੇ ਫ੍ਰੀ ਹੋ ਜਾਂਦੇ ਮਾੜਾ ਜਿਹਾ ਫ੍ਰੀ ਹੋ ਗਏ ਸ਼ਡਿਊਲ ਬਿਜੀ ਬਿਜੀ ਥੋੜ੍ਹਾ ਜਿਹਾ ਬਿਜੀ ਚੱਲੀ ਜਾਂਦਾ ਪਾਵਾਂਗੇ ਹਾਂ ਪਾਵਾਂਗੇ ਪਾਵਾਂਗੇ ਆਪਾਂ ਕੋਈ ਨਾ ਥੋੜ੍ਹਾ ਜਿਹਾ ਮੈਨੂੰ ਫ੍ਰੀ ਹੋ ਜਾਂਦੇ ਮੇਰਾ ਸੋਹਣਾ ਭਰਾ ਬਣਿਆ ਤੇਰੇ ਟੂਰਨਾਮੈਂਟ ਦੀ ਜ਼ਰੂਰ ਪਾਊਂਗਾ ਕ੍ਰਿਕਟ ਦਾ ਟੂਰਨਾਮੈਂਟ ਆ ਕ੍ਰਿਕਟ ਦਾ ਨਹੀਂ ਪਾਊਂਗਾ ਮੈਂ ਫ੍ਰੀ ਹੋ ਕੇ ਪਾਊਂਗਾ ਪਰ
ਪਰਸੋਂ ਜੇ ਉੱਥੇ ਪਾ ਦਿੰਦਾ ਪਰਸੋਂ ਕੋਈ ਨੀ ਕੋਈ ਨੀ ਕੋਈ ਨੀ ਕਰਾਂਗੇ ਆਪਾਂ ਗੱਲਾਂ ਬਾਤਾਂ ਰਣਦੀਪਿਆ ਉਹ ਤੁਹਾਡੇ ਨਾਲ ਪਿਆਰ ਆ ਯਾਰ ਨਾ ਇੱਕ ਮਿੰਟ ਇਹ ਚਲੋ ਦੱਸ ਦਾ ਓਏ ਬਸ ਕੋਈ ਨੀ ਕੋਈ ਨੀ ਚੇਤਾ ਨਾ ਬੈਂਡ ਸਤਾਰਵਾਂ ਲੱਗਿਆ ਕਿ ਸੋਲਾਂ ਹੈ ਸਾਲੋ ਬਈ ਉੱਧਰ ਬੈਂਡ ਪੁੱਛੇ ਕਿੰਨੇ ਵੱਧ ਬੈਂਡ ਲੱਗਿਆ ਕਿ ਨਹੀਂ ਸੋਲਾਂ ਅੱਠ ਸੋਲਾਂ ਜੀ ਇੱਧਰ ਅੱਠ ਉੱਧਰ ਸੋਲਾਂ 8-16 ਪੁਆਇੰਟਾਂ ਅੱਠਾਂ ਦਾ ਫਰਕ ਹੈ ਫਿਰ 16-8 ਚੇਂਜ ਫਿਰ 16-8 ਚੇਂਜ ਓਕੇ ਓਕੇ ਰਮੇਸ਼ ਕੁਮਾਰ ਜੀ ਧੰਨਵਾਦ ਧੰਨਵਾਦ ਨਹੀਂ ਨਹੀਂ ਤੈਨੂੰ ਪਤਾ ਲਾਈ ਚੱਲੀ ਜਾਂਦਾ ਸਮਝੀ ਗੱਲ ਮੇਰੀ ਕੋਈ ਨੀ ਕੋਈ ਨੀ ਸਹੀ ਹੈ ਕੋਈ ਨੀ ਕੋਈ ਨੀ ਕਰਦੇ ਆਪਾਂ ਗੱਲ ਬਣਾਈ ਮੈਨੂੰ ਲਾਈ ਤੇ ਸਮਝ ਮੇਰਾ ਭਰਾ ਬਣ ਕੇ ਮਜ਼ਬੂਰੀ ਸਮਝਿਆ ਕਰ ਮੇਰੀ ਕੀ ਮਜ਼ਬੂਰੀ ਕੋਈ ਨੀ ਕਰਾਂਗੇ ਆਪਾਂ ਫ੍ਰੀ ਟਾਈਮ ਕਰਾਂਗੇ ਗੱਲਾਂ ਮੱਤਾਂ ਰਣਦੀਪੇ ਧੰਨਵਾਦ ਧੰਨਵਾਦ ਰੁਪਿੰਦਰ ਵਧੀਆ ਵਧੀਆ ਮਾਨ ਉੱਧਰ ਆਧਨੀਆਂ ਵਾਲੇ ਯਾਰ ਆ ਗਏ ਲਾਈਵ 'ਤੇ ਬਹੁਤ ਬਹੁਤ ਧੰਨਵਾਦ ਰੁਪਿੰਦਰ ਮਾਨ ਆਧਨੀਆਂ ਘੈਂਟ ਯਾਰ ਆਪਣੇ ਉਹ ਵੀ ਬਹੁਤ ਤਕੜਾ ਕੱਪ ਕਰਾਇਆ ਆਧਨੀ ਵਾਲਿਆਂ ਨੇ ਸਰ ਸਿੱਪੂ ਜਾਈਆਂ ਬਹੁਤ ਬਹੁਤ ਧੰਨਵਾਦ ਸਿੱਪੂ ਸ਼ੁਕਰੀਆ ਰੁਪਿੰਦਰ ਯਾਰ ਸਮਝ ਵੀ ਗੱਲ ਮਜ਼ਬੂਰੀ ਗੁਰਦੇਵ ਵਿਰਕ ਬਹੁਤ ਬਹੁਤ ਧੰਨਵਾਦ ਕਾਸ਼ ਰਾਵਤ ਵਧੀਆ ਵਧੀਆ ਕਾਸ਼ ਸ਼ੁਕਰੀਆ ਵੀਰੇ ਲਾਵੀ ਨੰਬਰ ਕਹਿੰਦੇ 17 ਜੁੜ ਗਿਆ ਉਧਰਲੇ ਪਾਸੇ 17 ਨੰਬਰ ਜਿਹੜੇ ਖੰਜਰ ਵਾਲੀ ਟੀਮ ਦੇ ਨੰਬਰਾਂ ਦੇ ਜਿਹੜੇ ਭਣਿਆਰੀ ਦੀ ਟੀਮ ਦੇ ਅੱਡੋ ਦਾ ਫਰਕ ਹੈ ਨੰਬਰ 17 ਤੋਂ 18 ਕਰਨ ਦੇ ਲਈ ਗੰਭਰੂਆਂ ਨੇ ਕਹਿੰਦੇ ਫੇਰ ਸਰਵਿਸ ਕਰ ਦਿੱਤੀ ਹੈ ਘੋਗਾ ਔਰ ਨੰਬਰ ਕਹਿੰਦੇ ਜੋੜੋ ਨੂੰ ਫਿਰਦਾ ਤਾਲਾ ਲੱਭੇ ਤੇ ਲੌਂਡੋ ਫਿਰਦਾ ਲੱਭਾ ਵੀ ਕਹਿੰਦੇ ਚੰਗੇ ਸਟਾਟਾਂ ਦਾ ਚੰਡਿਆ ਹੋਇਆ ਨੰਬਰ ਆਹ ਕੌਣ ਜੋੜਦਾ ਭਣਿਆਰੀ ਵਾਲਿਆ ਪਾਟਾਂ ਤੋੜਦੀਆਂ ਸੋਨਾ ਦੀ ਰਾਤ ਇੱਧਰ ਕਹਿੰਦੇ ਪਹਿਲਾਂ ਪੁੱਛ ਲਾ ਉਦਮ ਹੋਰਾਂ ਨੂੰ ਅੱਜ ਤੇ ਕਹਿੰਦੇ ਸਰੀਰ ਅਰਗੇ ਭਰਾ ਵੀ ਪੁੱਛ ਗਿਆ ਪਹਿਲਾਂ ਕਹਿੰਦੇ ਧਨੂਰ ਦਾ ਵੀ ਮੇਰੇ ਮਿੱਤਰੋ ਅੱਜ 17 ਦੇ ਵੀ 25 ਤਰੀਕ ਹੁੰਦੀ ਹੈ ਔਰ ਸਾਡੇ ਚੰਦਰ ਦੀ ਯਾਦ ਚ ਵੀਰ ਕਹਿੰਦੇ ਕੱਪ ਕਰਵਾਵਾਂਗੇ ਅੱਜ ਕਹਿੰਦੇ ਭਰਾ ਪੁੱਜ ਗਿਆ ਤੇ ਰੌਣਕ ਵੱਡੀ ਲੱਗੀ ਹੋਈ ਹੈ ਚਲੋ ਧੰਨਵਾਦ ਮੈਂ ਕਰਾਂਗਾ ਵੀ ਸਾਨੂੰ ਫਖਰ ਦੋਸਤਾਂ ਦੇ ਤੇ ਯਾਰੀ ਸਾਡੀ ਦੇ ਦੂਰ
ਦੂਰ ਤੱਕ ਚਰਚੇ ਰਾਜੇ ਚੇਲੇ ਸੌਰਾ ਪਈ ਸੱਚੇ ਯਾਰ ਨਹੀਂ ਜਾਂਦੇ ਪਰਖੇ ਹੋਏ ਸਦਵਾਇਆ ਹੋਇਆ ਨਹੀਂ ਜਾਂਦੇ ਪਰਖੇ ਯਾਰਾਂ ਦਾ ਮੇਲਾ ਲੈ ਵੀ ਨੰਬਰ ਲਾਸਟ ਆ ਗਿਆ ਖੇਡ ਮੈਦਾਨ ਦੇ ਵਿੱਚ ਖੰਜਰ ਵਾਲੀਆਂ ਦਾ ਬਹੁਤ ਵੱਡਾ ਫਰਕ ਹੈ ਇੱਕ ਪਾਸੇ 10 ਨੰਬਰਾਂ ਦੀ ਲੀਡ ਬਣਾਈ ਫਿਰਦੇ ਆ ਮੁੰਡੇ 10 ਨੰਬਰਾਂ ਦਾ ਫਰਕ ਹੈ ਪਰ ਭੰਡਿਆਰੀ ਵਾਲੇ ਦਾ ਪਤਾ ਕੋਨੇ ਵੀ ਕਿੱਥੋਂ ਮੈਚ ਪੱਟਦੇ ਨੇ ਕਹਿੰਦੇ ਕਹਿੰਦੇ ਕਿਹਾ ਜੋ ਪੀਲੀ ਸੋਹਣੇ ਆ ਜਾਓ ਜਲਦੀ ਤੇ ਘੱਟਿਆਲੀ ਵਾਲਾ ਖੁਸ਼ੀ ਤੇ ਡੰਡ ਬੈਠਕਾਂ ਮਾਰੀ ਤੁਰਿਆ ਆਉਂਦਾ ਆ ਜਾਓ ਜਲਦੀ ਦੇ ਨਾਲ ਰੋਸਾ ਬੀ ਵਾਲੇ ਮੁੰਡੇ ਦੂਜੇ ਸੈਮੀ ਦੀ ਸ਼ੁਰੂਆਤ ਆਪਾਂ ਕਰਾਂਗੇ ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ ਮੈਚ ਆ ਵੀ ਕਹਿੰਦੇ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਨੰਬਰ ਇੱਕ ਬਾਕੀ ਹੈ ਹੋਰ ਨੰਬਰ ਇੱਕ ਬਾਕੀ ਹੈ ਆ ਗਈ ਪਿੰਦਰ ਦੇ ਝਾਫੇ ਚ ਤੇ ਪੈਣਾ ਟੱਪਈ ਹੈ ਹੋ ਪੈਣਾ ਕਹਿੰਦੇ ਟੱਪਈ ਹੈ ਸੈਕੰਡ ਸੈਮੀ ਰੋਸ਼ਾ ਬੀ ਤੇ ਘਟਣਾਲੀ ਸੈਕੰਡ ਸੈਮੀ ਰੋਸ਼ਾ ਬੀ ਤੇ ਘਟਣਾਲੀ ਇਸ ਤੋਂ ਬਾਅਦ ਇੱਥੇ ਚੱਲੂਗਾ ਵੀਰੇ ਬਣੇ ਰਹੋ ਲਾਈਵ ਨਾਲ ਫੇਰ ਗੱਲਾਂ ਫਾਈਨਲ ਦੀਆਂ ਆ ਪਹਿਲਾ ਸੈਮੀ ਹੈ ਤੋੜ ਦੇ ਪੱਟੇ ਪੁੱਟੇ ਬਹੁਤ ਸੋਹਣਾ ਮੁਕਾਬਲਾ ਹੈ ਚਲੋ ਚਲੋ ਕੋਈ ਗੱਲ ਨੀ ਚਲੋ ਚਲੋ ਉਹ ਕੋਈ ਗੱਲ ਨੀ ਕਾਲੇ ਰਹਿ ਗਿਆ ਕੋਈ ਗੱਲ ਨੀ ਫੌਲ ਸਹੀ ਕੋਈ ਗੱਲ ਨੀ ਰਹਿ ਗਿਆ ਨਹੀਂ ਪਤਾ ਲੱਗਿਆ ਕੋਈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਉਹ ਬਾਸੀ ਵਾਲਾ ਬੱਲੇ 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 ਘੱਟਿਆਲੀ ਦੇ ਫਰੋਸ਼ਾ ਦੀ ਬੀ ਟੀਮ ਘੱਟਿਆਲੀ ਦੇ ਫਰੋਸ਼ਾ ਬੀ ਅਮਨਪ੍ਰੀਤ ਪੁੱਟਰ ਕੋਕਰੀ ਪੁੱਟਰ ਧੰਨਵਾਦ ਵਾਰਕਾਂ ਜੀ ਖੰਜਰਾਂ ਨੂੰ ਖੰਜਰ ਵਾਲੀ ਫਾਈਨਲ ਚ ਬਹੁਤ ਤਕੜਾ ਮੈਚ ਲੱਗਿਆ